ਇੰਗਲਿਸ਼ ਪੰਜਾਬੀ ਦਾ ਗੁੱਥਮ ਗੁੱਥਮ ਹੋਈ ਪਈ ਐ ਸੋ ਫਾਰ ਜਿੰਨੇ ਵੀ ਇਲਾਕੇ ਘੁੰਮੇ ਤੇ ਇਸ ਵੀਡੀਓ ਚ ਜਾਵਾਂਗੇ ਆਪਾਂ ਫਰੈਂਚ ਇਲਾਕੇ ਕਯੂਬਿਕ ਚ ਵੀ ਇਹ ਪਹਿਲੇ ਯੂਰੋਪੀਅਨ ਸੀ ਜੋ ਕੈਨੇਡਾ ਐ ਤੇ ਇਹਨਾਂ ਨੇ ਹੀ ਇਹਨੂੰ ਕੈਨੇਡਾ ਨਾਮ ਦਿੱਤਾ ਪਹਿਲਾ ਸਟਾਪ ਸੀ ਜੇ ਅਨਟਾਰੀਓ ਚ ਬ੍ਰੈਮਟਨ ਦਾ ਬ੍ਰੈਮਟਨ ਚ ਤਾਂ ਕੀ ਚਾਹੀਦਾ ਐ ਕਾਮਨ ਬੇਬੀ ਹੀ ਚੱਲਦਾ ਸੋ ਮੈਂ ਆਪਣਾ ਫੋਨ ਇੱਥੇ ਬਹੁਤਾ ਟਾਈਮ ਜੇਬ ਚ ਹੀ ਰੱਖਿਆ ਬਾਕੀ ਟਾਈਮ ਹੁੰਦਾ ਇਹ ਦੌਰ ਵੀ ਗੁਜ਼ਰ ਜਾਣਾ ਚਾਈਨਾ ਚ ਲੋਕੀ ਕਦੇ ਅਫੀਮ ਖਾ ਖਾ ਮਰ ਚੱਲੇ ਸੀ ਤੇ ਫਿਰ ਉਹਨਾਂ ਲੋਕਾਂ ਨੇ ਉੱਠ ਕੇ ਹੀ ਇੱਕ ਯੁੱਧ ਲੜਿਆ ਜਿਸ ਨੂੰ ਬਾਅਦ ਦੇ ਵਿੱਚ ਅਫੀਮ ਯੁੱਧ ਵੀ ਕਹਿ ਦਿੰਦੇ ਆ ਸੋ ਆਪੇ ਪਹਿਲਾਂ ਬૌਧਿਕ ਤੇ ਫਿਰ ਜੇਬੋ ਕੰਗਾਲ ਹੋ ਮੋੜਾ ਪੈ ਜਾਊਗਾ ਫ੍ਰੈਂਚ ਲੋਕ ਮਸ਼ਹੂਰ ਨੇ ਕਿ ਇਹ ਐਰੋਗੈਂਟ ਜਾਂ ਰੂਡ ਹੁੰਦੇ ਆ ਇਹ ਪੂਰੀ ਨਹੀਂ ਤਾਂ ਥੋੜੀ ਬਹੁਤ ਸੱਚੀ ਗੱਲ ਜ਼ਰੂਰ ਆ ਤੁਹਾਨੂੰ ਰੁੱਖਾਪਣ ਜਾ ਮਹਿਸੂਸ ਹੁੰਦਾ ਜਦੋਂ ਤੁਸੀਂ ਇੱਥੇ ਐਂਟਰੀ ਮਾਰ ਜਾਂਦੇ ਆ ਚਿਹਰਿਆਂ ਤੋਂ ਉਹ ਸਮਾਈਲ ਉੱਡ ਜਾਂਦੀ ਆ ਗ੍ਰੀਟ ਕਰਨ ਦੀ ਆਦਤ ਘਟ ਜਾਂਦੀ ਆ ਕੈਨੇਡੀਅਨ ਲੋਕ ਇਮੀਗ੍ਰੈਂਟਸ ਤੋਂ ਦੁਖੀ ਆ ਪਰ ਇਹ ਨੈਕਸਟ ਲੈਵਲ ਦੀ ਦੁਖੀ ਲੱਗਦੇ ਆ ਲਾਸਟ ਰੈਫਰੈਂਡਮ ਚ 1% ਨਾਲ ਹੀ ਕੰਮ ਰਹਿ ਗਿਆ ਸੀ ਅਦਰਵਾਈਜ਼ ਇਹ ਸੂਬਾ ਕੈਨੇਡਾ ਨਾਲੋਂ ਵੱਖ ਹੋ ਕੇ ਵੱਖਰਾ ਦੇਸ਼ ਬਣ ਜਾਣਾ ਸੀ ਲੋਕਲ ਲੋਕ ਇਮੀਗ੍ਰੈਂਟਸ ਨੂੰ ਹੀ ਬਲੇਮ ਕਰਦੇ ਆ ਕਿ ਇਹਨਾਂ ਨੇ ਕੈਨੇਡਾ ਦੇ ਹੱਕ 'ਚ ਵੋਟਾਂ ਪਾਤੀਆਂ ਤੇ ਸਾਡਾ ਕੰਮ ਖਰਾਬ ਕਰਤਾ ਪਹਿਲਾਂ ਬਿਜ਼ਨਸ ਪੱਖੋਂ ਮੋਂਟਰੀਅਲ ਸਭ ਤੋਂ ਬਿਜ਼ੀ ਏਰੀਆ ਹੁੰਦਾ ਸੀ ਕੈਨੇਡਾ ਦਾ ਪਰ ਰੈਫਰੈਂਡਮ ਤੋਂ ਬਾਅਦ ਕਹਿੰਦੇ ਹੌਲੀ ਹੌਲੀ ਬਿਜ਼ਨਸ ਇੱਥੋਂ ਮੂਵ ਹੋਣੇ ਸ਼ੁਰੂ ਸੇਮ ਜੋ ਇੰਗਲੈਂਡ ਨਾਲ ਆਫਟਰ ਬ੍ਰੈਕਜ਼ਿਟ ਹੋਇਆ ਲੋਕ ਜਿਵੇਂ ਦੇ ਵੀ ਹੋਣ ਪਰ ਸ਼ਹਿਰ ਕਮਾਲ ਦੇ ਸੋਹਣੇ ਇੱਥੇ ਕਿਉਂਕਿ ਇਹੀ ਕੈਨੇਡਾ ਦੇ ਪਹਿਲੇ ਵਸੇ ਸ਼ਹਿਰ ਨੇ ਉਮੀਦ ਕਰਦਾ ਕਿ ਤੁਹਾਨੂੰ ਵਲੌਗ ਵਧੀਆ ਲੱਗੂਗਾ ਬ੍ਰੈਮਟਨ 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 ਇਹ ਸ਼ਹਿਰ ਵੀ ਕਹਿੰਦਾ ਹੁਣ ਕੈਨੇਡਾ ਨੂੰ ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ ਰੌਣਕਾਂ ਲੱਗੀਆਂ ਰਹਿੰਦੀਆਂ ਇੱਥੇ ਗੱਲ ਤਾਂ ਵੈਸੇ ਥੋੜੀ ਹੁੰਦੀ ਆ ਪਰ ਇੱਥੋਂ ਦੇ ਕੁਝ ਅੱਗ ਲਾਉ ਰੇਡੀਓ ਸਟੇਸ਼ਨ ਗੱਲ ਵੱਡੀ ਬਣਾ ਦਿੰਦੇ ਆ ਜਿਵੇਂ ਮੈਂ ਕਿਹਾ ਕਿ ਇੱਥੇ ਫੋਨ ਕੈਮਰਾ ਘਾਟ ਹੀ ਖੋਲਿਆ ਕਿਉਂਕਿ ਬਹੁਤ ਲਾਹ-ਪਾਹ ਹੁੰਦੀ ਇੱਥੇ ਬਲੌਗਰਾਂ ਦੀ ਇੱਥੇ ਆ ਸਭ ਤੋਂ ਪਹਿਲਾਂ ਤਾਂ ਮੂਵੀ ਦੇਖੀ ਓਏ ਭੋਲੇ ਓਏ ਤੇ ਮਜ਼ਾ ਆ ਗਿਆ ਮੂਵੀ ਦੇਖ ਕੇ ਵਧੀਆ ਲੱਗਾ ਕਿ ਕਿਸੇ ਵਧੀਆ ਪ੍ਰੋਜੈਕਟ ਨਾਲ ਜੁੜੇ ਸੀ ਨੈਕਸਟ ਇਹਦਾ ਪਾਰਟ ਇਸ ਨਾਲੋਂ ਵੀ ਵਧੀਆ ਤੇ ਵੱਡੇ ਸਕੇਲ ਤੇ ਆਊਗਾ 2 ਦਿਨ ਦਾ ਸੋਚ ਕੇ ਆਏ ਸੀ ਇੱਥੇ ਪਰ 8 ਦਿਨ ਲੱਗ ਗਏ ਰੀਜ਼ਨ ਸੀ ਡੇਲੀ ਬਹੁਤ ਸਾਰੇ ਵੀਰਾਂ ਨੂੰ ਦੀ ਮਾਫੀ ਬੋਬੀ ਸਿੱਧੂ ਭਾਜੀ ਹੁਣਾਂ ਨੇ ਘਰੇ ਡਿਨਰ ਤੇ ਇਨਵਾਈਟ ਕੀਤਾ ਸੀ ਜਿੱਥੇ অন্ਟਾਰੀਓ ਦੇ ਬਹੁਤ ਬਹੁਤ ਰਿਸਪੈਕਟਡ ਲੋਕਾਂ ਨੂੰ ਮਿਲਦਾ ਮੌਕਾ ਮਿਲਿਆ ਸਭ ਦਾ ਨਾਮ ਲਵਾਂ ਦਾ ਤੁਸੀਂ ਬੋਰ ਹੋ ਜਾਣਾ ਸੋ ਸਭ ਨੂੰ ਸ਼ੁਕਰੀਆ ਤਹਿ ਦਿਲ ਤੋਂ ਆਪਣਾ ਟਾਈਮ ਤੇ ਐਕਸਪੀਰੀਅੰਸ ਸ਼ੇਅਰ ਕਰਨ ਲਈ ਇੱਕ ਵੀਰ ਦੇ ਘਰੇ ক্রিকেট ਖੇਢੀ ਮਸ਼ੀਨ ਤੇ ਐਂਡ ਪਤਾ ਲੱਗਾ ਕਿ ਬਾਹਰ ਬੈਠ ਕੇ ਸਲਾਵਾਵਾਂ ਦੇਣੀਆਂ ਸੌਖੀਆਂ ਹੁੰਦੀਆਂ ਇੱਕ ਤੇ ক্রিকেট ਖੇਢੀ ਨੂੰ ਬਹੁਤ ਟਾਈਮ ਹੋ ਗਿਆ ਤਾਂ ਉੱਪਰੋਂ ਅਸੀਂ ਮਸ਼ੀਨ ਵੀ ਫੁੱਲ ਸਪੀਡ ਤੇ ਕਰ ਲਈ ਬਾਲ ਸ਼ੂ ਕਰਦੀ ਜਾਂਦੀ ਸੀ ਨਵਜੋਤ ਸਿੱਧੂ ਦੀ ਉਹ ਗੱਲ ਯਾਦ ਆ ਗਈ ਜਦੋਂ ਉਹਨੇ ਵਸੀਮ ਅਕਰਮ ਨੂੰ ਪਹਿਲੀ ਵਾਰੀ ਫੇਸ ਕੀਤਾ ਸੀ ਉਨੇ ਜਦੋਂ ਬਾਲ ਛੱਡੀ ਨਾ ਤੇ ਨਾਨ ਸਟ੍ਰਾਈਕਰ ਐਂਡ ਤੇ ਸ਼ੈਹਦ ਗਵਾਸਕਰ ਸੀ ਉਹਨੇ ਉਹਦੇ ਕੋਲ ਜਾ ਕੇ ਕਿਹਾ ਕਿ ਬਹੁਤ ਸੋਹਣੀ ਬਾਲ ਛੱਡੀ ਹੋ ਤੇ ਅੱਗੇ ਉਹਨਾਂ ਜੋ ਸਿੱਧੂ ਨੇ ਕਿਹਾ ਭਰਾਵਾ ਮੈਨੂੰ ਤਾਂ ਦਿਸੀ ਨਹੀਂ 8ਵੇਂ ਦਿਨ ਇਥੋਂ ਤੁਰੇ ਤੁਰੇ ਤਾਂ ਜੇ ਡੇਢ ਕੋ ਘੰਟੇ ਦਾ ਹੀ ਸਫ਼ਰ ਤੈਅ ਕੀਤਾ ਸੀ ਤਿੰਦੀ ਕਹਿੰਦਾ ਮੈਂ ਆਪਣੀ ਕਿੱਟ ਭੁੱਲ ਆਇਆ ਉੱਥੇ ਸੋ ਪਹਿਲਾਂ 2 ਮਿੰਟ ਮੈਂ ਸ਼ਬਦਾਂ ਦੇ ਵਿੱਚ ਟੇਹਰ ਸਾਰਾ ਪਿਆਰ ਦਿੱਤਾ ਤੇ ਅਸੀਂ ਫਿਰ ਵਾਪਸ ਮੁੜ ਗਏ ਬ੍ਰੈਮਟਨ ਵੱਲੋਂ ਦੁਬਾਰਾ ਜਦੋਂ ਨਿਕਲੀ ਤਾਂ ਪੀਜ਼ਾ 2 ਵਾਲੇ ਵੀਰਾਂ ਕੋਲ ਗਏ ਇਹਨਾਂ ਨਾਲ ਸਾਂਝਾ ਕਰਿਆ ਵਾਲੇ ਪਿੰਡ ਕਰਕੇ ਅਇਤੇਂਦਰਜੀ ਸਿੰਘ ਦੇ ਸਵਾਲ ਨੇ ਜਵਾਬਾਂ ਦਾ ਖੂਮਲ ਰੰਜਨ ਕੀਤਾ 100 ਚੋਂ 8 ਨੰਬਰ ਵਾਲੀ ਆਪਣੀ ਲੈਂਗੁਏਜ ਸਕਿੱਲ ਦੇ ਨਾਲ। Gracias. Okay. One out one out. Arbit. You going to wait to see arbit? Lek. ਕਿ ਫਰਮਾਉਂ ਹਬੀਬੀ ਮੀਆਂ ਮੀਆਂ। Allah 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 ਮੋਂਟਰੀਅਲ ਦੀ ਹੱਦ ਸ਼ੁਰੂ ਹੁੰਦੇ ਸਾਰੀ ਇੰਦੀ ਨੂੰ ਭੁੱਖ ਫੇਰ ਲੱਗੀ ਟਿਮ ਵਾਲਿਆਂ ਕੋਲ ਚਿਕਨ ਮੁੱਕਿਆ ਸੀ ਇਸ ਕਰਕੇ ਮੈਂ ਤਾਂ ਕੁਝ ਖਾਦਾ ਨਹੀਂ ਕਿਉਂਕਿ ਬਾਕੀ ਸਭ ਬੰਨੇ ਜਿਹੜਾ ਪੋਰਸ਼ਨਸ ਆਈ ਸੀ ਉਹ ਹਜ਼ਾਰ ਕੈਲਰੀ ਤੋਂ ਉੱਪਰ ਦਾ ਹੀ ਸੀ ਇੰਦੀ ਨੇ ਪਹਿਲਾਂ ਤਾਂ ਪੌਪਸ ਚਿਕਨ ਖਾ ਲਿਆ ਤੇ ਬਾਅਦ ਚ ਲਵੇ ਭੜੇ ਭੜੇ ਸਾ ਮਜ਼ਾਕ ਨਹੀਂ ਸੱਚੀ ਡਰਾਇਆ ਸੀ ਇਹਨੇ ਤੇ ਮੈਂ ਕਿਹਾ ਭਰਾਵਾ ਤੂੰ ਸੀਟ ਖਿੱਚ ਕੇ ਲੰਮਾ ਹੀ ਪੈ ਜਾ ਵੈਸੇ ਤੇ ਕਈਆਂ ਨੇ ਕਿਹਾ ਸੀ ਕਿ ਇੱਥੇ ਗਰਮੀਆਂ ਜੀ ਜਾਣ ਦਾ ਫਾਇਦਾ ਪਰ ਪਤਾ ਨਹੀਂ ਗਰਮੀਆਂ ਜੇ ਕਦੋਂ ਆਉਣਾ ਵਾ ਸੋਚਿਆ ਕਿ ਦੇਖ ਹੀ ਚੱਲਦੇ ਆ ਇੱਥੋਂ ਆ ਜੀ ਫੈਰੀ ਸ਼ਾਇਦ 8 ਡਾਲਰ ਦੀ ਟਿਕਟ ਆ ਉਧਰਲੀ ਸਾਈਡ ਕ੍ਰੋਸ ਕਰਨ ਦੀ ਪੁੱਛਦੇ ਆ ਇੱਥੇ ਜਿਹੜਾ ਇਹਨਾਂ ਦਾ ਸਟਾਫ ਆ ਉਹਨਾਂ ਨੇ ਦੱਸਿਆ ਕਿ ਜਦੋਂ 1000 ਆਇਲੈਂਡ ਭਰੀ ਦਾ ਨਾ ਜਟੀਆਂ ਫੋਟੋਆਂ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਜੀ ਕਾਸਲ ਦਿਸਦੀ ਆ ਉਹਦੀ ਮੈਂ ਫੋਟੋ ਇੱਥੇ ਲਾ ਦਾਂਗਾ ਉਹ ਵਿਜ਼ਿਟ ਕਰਨ ਦਾ ਸੀ ਪਰ ਉਹ ਕਹਿੰਦਾ ਵੀ ਉਹ ਗਰਮੀਆਂ ਦੇ ਵਿੱਚ ਇੱਥੋਂ ਟੂਰ ਬੋਟਸ ਪ੍ਰਾਈਵੇਟ ਕਿਸ਼ਤੀਆਂ ਆਈਆਂ ਕੋਈ ਹੁੰਦੀਆਂ ਜੜੀਆਂ ਉੱਥੇ ਲੈ ਕੇ ਜਾਂਦੀਆਂ ਸੋ ਇਧਰੋਂ ਦੀ ਨਹੀਂ ਉੱਥੇ ਜਾ ਸਕਦੇ ਪਰ ਕਹਿੰਦਾ ਜੇ ਤੁਸੀਂ ਉਹ ਵਿਜ਼ਿਟ ਕਰਨੀ ਆ ਤੁਹਾਨੂੰ ਯੂਐਸ ਜਾਣਾ ਪਊਗਾ ਯੂਐਸ ਵਾਲੀ ਸਾਈਡ ਤੋਂ ਐਂਟਰੀ ਮਾਰਨੀ ਪਊਗੀ ਸੋ ਮੈਂ ਤਾਂ ਯੂਐਸ ਜਾ ਸਕਦਾ ਮੈਂ ਪਰ ਹਿੰਦੀ ਕੋਲ ਵੀਜ਼ਾ ਨਹੀਂਗਾ ਯੂਐਸ ਦਾ ਸੋ ਆਪਾਂ ਆਹੀ ਇਹਦੀ ਗੇੜਾ ਕੱਢ ਲੈਣੀ ਆ ਜਾਂ ਫਿਰ ਉਹ ਵੈਸੇ ਉਹ ਕਹਿੰਦਾ ਇੱਥੇ ਕੁਝ ਨਹੀਂਗਾ ਵੀ ਜਸਟ ਤੁਸੀਂ ਡਰਾਈਵ ਹੀ ਕਰ ਸਕਦੇ ਆ ਅਦਰਵਾਈਜ਼ ਇਹਦੇ ਵਿੱਚ ਕੁਝ ਵੀ ਵੇਖਣ ਵਾਲਾ ਨਹੀਂ ਹੈਗਾ ਹਿੰਦੀ ਨੂੰ ਪੁੱਛਦਾ ਉਹਨੇ ਜਾਣਾ ਇਹਦੇ ਉੱਤੇ ਕਿ ਨਹੀਂ ਹੁਣ ਉੱਧਰ ਵੀ ਸਕਦੇ ਸੋ ਗੱਲ ਇਦਾਂ ਜੀ ਕਿ ਅ ਮੈਂਦੀ ਕਹਿੰਦਾ ਰਹਿਣ ਦਿੰਨੇ ਆ ਆਹ ਆਈ ਆਹ ਇੱਕ ਛੋਟੀ ਜੀ ਫੈਰੀ ਆ ਉਹ ਪਰਲੀ ਸਾਈਡ ਆ ਇੱਕ ਵਾਰੀ ਵੈਸੇ 8 ਡਾਲਰ ਟਿਕਟ ਲੱਗਦੀ ਆ ਤੇ ਕਹਿੰਦਾ ਤੁਸੀਂ ਇਧਰੋਂ ਡਰਾਈਵ ਕਰਕੇ ਉਹ ਉਧਰੋਂ ਦੀ ਘੁੰਮਦੇ ਘਮਾਉਂਦੇ ਦੂਸਰੀ ਸਾਈਡ ਵੀ ਤੁਹਾਨੂੰ ਫੈਰੀ ਲੈਣੀ ਪੈਣੀ ਆ ਨਿਕਲ ਸਕਦੇ ਆ ਪਰ ਟਿਕਟ ਤੁਹਾਡੀ ਇੱਕੋ ਵਾਰੀ ਹੀ ਲੱਗਣੀ ਆ ਆਪਾਂ ਪਤਾ ਕੀ ਕਰਦੇ ਆ ਪਰ ਹਵਾ ਬਹੁਤ ਆ ਮੰਡੀ ਬਹੁਤ ਆ ਨਾ ਮੇਰਾ ਰਾਦਾ ਸੀ ਡਰੋਨ ਡਾ ਕੇ ਉਧਰਲੀ ਸਾਈਡ ਤੇ ਸ਼ਾਟ ਵਗੈਰਾ ਲੈ ਰਿਹਾ ਨੇ ਬਟ ਇਟਸ ਟੂ windi ਹਜ਼ਾਂਡਜ਼ ਆਇਲੈਂਡ ਤੋਂ ਡੇਡ ਕੁਕ ਇੰਟਾਗੇ ਗਏ ਤਾਂ ਦੋ ਗੁਆਰ ਸਾਈਨ ਆਏ ਸਾਊਥ ਡੰਡਾਸ ਮੋਰਿਸਬਰਗ ਦੇ ਜੋ ਇਹ ਸਾਰੀ ਸੀਰੀਜ਼ ਨੂੰ ਵੇਖ ਰਹੇ ਆ ਉਹਨਾਂ ਨੂੰ ਪਤਾ ਕਿ ਜਿਸ ਕਿਸੇ ਥਾਂ ਤੇ ਵੀ ਦੋ ਵਾਰੀ ਸਾਈਨ ਆਏ ਆਪਾਂ ਉਹ ਥਾਂ ਮਿਸ ਨਹੀਂ ਕੀਤੀ। ਛੋਟਾ ਜਿਹਾ ਟਾਊਨ ਸੀ ਤੇ ਇਹ ਮਿਕਸ ਜਿਹਾ ਜਾਪੇ ਇੰਗਲੈਂਡ ਤੇ ਫਰਾਂਸ ਦਾ ਲਾਲ ਕੰਧਾਂ 올ਡ ਲੰਡਨ ਮੰਗ। ਇਹਦੀ ਇੰਪੋਰਟੈਂਸ ਹੱਲ ਲੱਗ ਗਏ ਗੁਜ਼ਰਦੀ ਸੈਂਟ ਲਾਰੈਂਸ ਨਹਿਰ ਜੋ ਅਟਲੰਟਿਕ ਓਸ਼ੀਅਨ ਨਾਲ ਮਿਲਦੀ। ਇਹ ਬਾਰਡਰ ਵੀ ਹੈ ਯੂ ਐਸ ਏ ਤੇ ਕੈਨੇਡਾ ਦਾ। ਇਹ ਨਹਿਰ ਨੂੰ ਚੌੜੀ ਕਰਨ ਦੇ ਚੱਕਰ ਚ ਕਈ ਇਹ ਪਿੰਡ ਦੇ ਬਹੁਤ ਘਰਾਂ ਨੂੰ ਮੂਵ ਕਰਨਾ ਪਿਆ ਸੀ। ਇਹਦੀ ਹੋਰ ਹਿਸਟਰੀ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ। ਰਾਇਤਾ ਹਿੰਦੀ ਕਰੀ ਜਾਵੇ ਕਿ ਮੈਂ ਨਹੀਂ ਠੀਕ ਮੈਂ ਨਹੀਂ ਠੀਕ ਬਟ ਜਦੋਂ ਮੌਂਟਰੀਅਲ ਪਹੁੰਚ ਅਮਰੀਕ ਭਾਜੀ ਨੇ ਲਿਆ ਰੱਖੀ ਬਲੂ ਲੇਬਲ ਤਾਂ ਝਟ ਕੈਮ ਹੋ ਗਿਆ ਇਹ ਹੁਣ ਵੈਸੇ ਮਜ਼ਾਕ ਆ ਕਿਉਂਕਿ ਆਪਾਂ ਦੋਨੋਂ ਏਡੇ ਜਿਆਦੇ ਸ਼ਕੀਨ ਨਹੀਂ ਤੇ ਨਾ ਹੀ ਕੋਈ ਚੂਜ਼ੀ ਆ ਬਟ ਭਾਜੀ ਨੇ ਜੋ ਸੇਵਾ ਕੀਤੀ ਉਹ ਇੱਕ ਪਾਸੇ ਸੱਚੀ ਬਹੁਤ ਬਹੁਤ ਨਾਈਸ ਪਰਸਨ ਆ ਇਹੀ ਮੇਰੀ ਸੋਸ਼ਲ ਮੀਡੀਆ ਦੀ ਵੱਡੀ ਕਮਾਈ ਆ ਮਿਲਦੇ ਆ ਸਵੇਰੇ ਪੱਬ ਤੋਂ ਬਾਅਦ ਰਾਤیں ਬਹੁਤੀ ਜਿਆਦੀ ਨਹੀਂ ਸੀ ਪੀਤੀ ਸੋ ਸਵੇਰੇ ਲੱਥ ਗਈ ਸੋ ਵੇਲੇ ਨਾ ਉੱਠ ਪਏ ਸੀ ਤੇ ਤੜਕੇ ਕਰਕੇ ਬ੍ਰੇਕਫਾਸਟ ਤੇ ਆਪਾਂ ਪਾਜੀ ਹੁਣਾ ਕੋ ਲਈ ਆ ਗਿਆ ਤੇ ਸੋਣਾ ਲੱਗ ਰਿਆ ਸੀ ਆਲਾ ਦਵਾਲਾ ਬਰਫ਼ ਪਈ ਸੀ ਘਰ-ਬਾਰ ਬਹੁਤ ਸੋਹਣੀ ਸੀ ਇਸ ਕਰਕੇ ਆਲਾ ਦਵਾਲਾ ਵੀ ਬਹੁਤ ਸੋਹਣਾ ਲੱਗ ਰਿਆ ਸੀ ਤੇ ਇੱਥੋਂ ਆਪਣੀ ਮੌਂਟਰੀਅਲ ਡਾਊਨਟਾਊਨ ਦੀ ਕੋਈ ਕਹਿ ਲੋ ਕੋਈ 20 ਤੋਂ 25 ਮਿੰਟ ਦੀ ਰਾਈਡ ਸੀ ਇੱਥੋਂ ਆਪਣੀ ਮੌਂਟਰੀਅਲ ਦਾ ਪਹਿਲਾ ਪ੍ਰਭਾਵ ਹੀ ਇਨਾ ਘੈਂਟ ਸੀ ਉਹ ਕੋਰਨਰ ਤੇ ਆਪਾਂ ਗੇਟ ਖੋਲਿਆ ਪਾਰਕਿੰਗ ਉਹਦੇ ਥੱਲੇ ਆ ਤੇ ਖੋਲਦਿਆਂ ਸਾਰੀ ਸામਨੇ ਆਪਾਂ ਨੂੰ ਆ ਚੀਜ਼ ਦਿਸੀ ਜੀ ਕਿ ਆ ਸੋਣੀ ਆ ਤੇ ਬਹੁਤ ਚਿਰ ਬਾਅਦ ਟਨਲਸ ਦੇਖੀਆਂ ਇੱਥੇ ਟਨਲਸ ਵੀ ਬਥੇਰੀਆਂ ਸੀ ਰਸਤੇ ਦੇ ਵਿੱਚ ਸੋ ਕਾਫੀ ਹਨਾ ਇਹ ਫ੍ਰੈਂਚ ਜਾਂ ਯੂਰਪੀਅਨ ਜਿਹਾ ਵਾ ਸੋ ਸੋਹਣਾ ਵਾ ਪੁਰਾਣਾ ਵੀ ਆ ਮੈਂ ਨੈਟ ਨੋਟ ਤੇ ਕਾਫੀ ਪੜਿਆ ਸੋ ਆਪਾਂ ਚੱਲਦੇ ਵਨ ਬਾਈ ਵਨ ਲੋਕੇਸ਼ਨਾਂ ਦੇ ਓਧਰ ਹਿੰਦੀ ਨੇ ਬਣਾ ਲਿਆ ਹੀ ਫਰੈਂਡ ਹੈ ਹਨ ਉਹਨਾਂ ਦੋ ਕੇ ਗਾਣੇ ਆਉਂਦੇ ਹਿੰਦੀ ਉਹ ਹਿੰਦੀ ਨੇ ਬੁਲਾਇਆ ਤੇ ਉਹ ਆ ਗਏ ਹਿੰਦੀ ਗਾਣੇ ਗਾਉਣ ਲੱਪਿਆ ਦੋਨਾਂ ਨੇ ਥੋੜਾ ਜਿਹਾ ਡਾਂਸ ਕਰ ਲਿਆ ਦੋਨੋਂ ਨੇ ਪੈਸੇ ਮੰਗ ਲਿਆ ਤੇ ਹੁਣ ਹਿੰਦੀ ਭਾਜੀ ਪੈਸੇ ਦੇ ਰਿਹਾ ਹੈ ਸੋ ਸਿਚੁਏਸ਼ਨ ਇਦਾਂ ਇੱਥੇ ਆ ਕਿ ਇਹ ਜਿਹੜਾ ਸੀ ਇਹ ਵੀ ਮਰੱਕੋ ਦਾ ਸੀ ਸਾਨੂੰ ਹੋਰ ਵੀ ਮਰੱਕੋ ਦੇ ਮੇਲੇ ਅ ਪਹਿਲਾਂ ਵੀ ਦੱਸਿਆ ਹੀ ਆ ਕਿ ਅਫਰੀਕਾ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਫਰਾਂਸ ਦਾ ਰਾਜ ਰਿਹਾ ਸੀ ਸੋ ਇਹਨਾਂ ਆਸਤੇ ਓਹੋ ਉੱਧਰੀ ਸਾਈਡ ਵੇਖ ਕੇ ਮੇਰਾ ਉਹ ਨਿਕਲ ਗਿਆ ਇੱਥੋਂ ਦੇਖਣੀ ਨਹੀਂ। ਉਹ ਵਾਲੀ ਬਿਲਡਿੰਗ ਦੀ ਉਹ ਬਿਲਡਿੰਗ ਨੇ ਉਹ ਕਢਾਤਾ। ਜਾਣੇ ਆ ਘੁੰਮਦੇ ਘਮਾਉਂਦੇ ਉੱਧਰ ਵੀ। ਸੋ ਮੈਂ ਕਹਿ ਰਿਹਾ ਸੀ ਕਿ ਹਾਂ ਉੱਥੇ ਜਿਵੇਂ ਫਰਾਂਸ ਦਾ ਰਾਜ ਆ ਸੀ ਉਹਨਾਂ ਜਿੱਦਾਂ ਆਪਣੀ ਇੰਗਲਿਸ਼ ਆਉਂਦੀ ਆ ਇਹਨਾਂ ਕੰਟਰੀਆਂ ਵਾਲਿਆਂ ਨੂੰ ﺍﻟजीरिया, ਫਰਾਂਸ, ਸੋਰੀ ﺍﻟजीरिया, ਮੁਰਾਕੋ ਇਹਨਾਂ ਨੂੰ ਜਿਹੜਾ ਅਫਰੀਕਾ ਰੀਜਨ ਆ ਥੱਲੇ ਵੀ ਉਹਨਾਂ ਨੂੰ ਆਉਂਦੀ ਆ ਫਰੈਂਚ। ਸੋ ਇਹਨਾਂ ਆਸਤੀਜੀ ਇੱਥੇ ਹੁੰਦਾ ਸੋ ਇਧਰ ਨੂੰ ਇਹ ਆ ਜਾਂਦੇ ਆ। ਤੇ ਫਰੈਂਚ ਦਾ ਤੇ ਇਹ ਆਲਮਾ ਤੁਸੀਂ ਹਾਲ ਲੜੋ KFC ਇੱਥੇ KFC ਨਹੀਂ ਹੈਗਾ ਉਹ ਹੈਗਾ PFK ਚਿਕਨ ਨੂੰ ਪੋਲੇ ਤਾਂ ਦੇ ਮੇਰੇ ਖਿਆਲ ਦੇ ਨਾਲ ਫਰੈਂਚ ਦੇ ਵਿੱਚ ਪੋਲੇ ਤੇ ਫ੍ਰਿਤ ਕੈਂਟਕੀ ਸੋ ਬੜੀ ਇਹਨਾਂ ਨੇ ਕੀਤੀ ਪਈ ਐ ਇੰਪਲੀਮੈਂਟ ਫਰੈਂਚ ਮੌਸਮ ਅੱਜ ਤੇ ਬੱਦਲਵਾਈ ਜੀ ਆ ਸਾਰਾ ਦਿਨ ਇਦਾਂ ਹੀ ਰਹਿਣਾ ਇਹ ਵਧੀਆ ਯਾਰ ਮਿਕਸਚਰ ਜਿਹਾ ਵਾ ਕੈਨੇਡਾ ਦਾ ਤੇ ਯੂਰਪ ਦਾ ਤੇ ਗਰਮੀਆਂ ਦੇ ਵਿੱਚ ਇਹਨਾਂ ਥਾਵਾਂ ਦੇ ਹੋਈਆਂ ਦੇ ਪੂਰੀ ਹਰੌਣਕ ਲੱਗਦੀ ਹੋਈ ਹੈ ਇਹੋ ਜੀਆਂ ਸਟ੍ਰੀਟਸ ਦੇ ਉੱਤੇ ਤੇ ਆ ਮੇਰੇ ਖਿਆਲ ਨਾਲ ਆ ਰੈਸਟੋਰੈਂਟਸ ਹੋਣਗੇ ਜਿਵੇਂ ਉਹ ਵੀ ਆ ਇਹ ਵੀ ਆ ਇਹਨਾਂ ਦਾ ਟੈਰਸ ਇੱਥੇ ਲੱਗ ਜਾਂਦੇ ਹੋਣਗੇ ਸੋ ਉੱਥੇ ਇਨਡੋਰ ਵੀ ਆ ਸਾਰਾ ਸਰਵ ਕਰਦੇ ਹੋਣਗੇ ਤੇ ਇੱਥੇ ਟੈਰਸਸ ਦੇ ਉੱਪਰ ਵੀ ਸੋ ਉਹੋ ਹੀ ਯੂਰਪ ਦੇ ਵਿੱਚ ਜਿੱਦਾਂ ਵੱਡੇ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਹੁੰਦੇ ਆ ਪਲਾਸੇ ਜੇ ਤੇ ਇਦਾਂ ਹੀ ਸਰਵ ਹੁੰਦਾ ਹੁੰਦਾ ਬਹੁਤ ਸੋਹਣਾ ਹੈ ਆ ਮਜ਼ਾ ਆ ਗਿਆ ਮੌਨਟਰੀਅਲ ਆ ਗਿਆ ਅੱਜ ਤਾਂ ਕਹਿੰਦੇ ਕਯੂਬੈਕ ਉਹ ਸਿਟੀ ਇਹ ਨਾਲੋਂ ਵੀ ਸੋਹਣੀ ਐ ਇੱਕ ਗੱਲ ਮੈਂ ਨੋਟ ਕੀਤੀ ਆ ਕਿ ਇੱਥੇ ਦੁਕਾਨਾਂ ਵਗੈਰਾ ਤੇ ਸਾਰੇ ਝੰਡੇ ਹੈਗੇ ਆ ਉਹ ਪੁਰਤਗਾਲ ਦਾ ਸਪੇਨ ਦਾ ਯੂ ਐਸ ਦਾ ਪੁਰਤਗਾਲ ਦਾ ਫਿਰ ਕਯੂਬੈਕ ਦਾ ਫਰਾਂਸ ਸਿੰਘ ਕੈਨੇਡਾ ਬ੍ਰਾਜ਼ੀਲ ਤੇ ਫਿਰ ਪੁਰਤਗਾਲ ਕਿਸੇ ਵੀ ਜਗ੍ਹਾ ਤੇ ਮੈਂ ਇੱਥੇ ਇੰਗਲੈਂਡ ਦਾ ਝੰਡਾ ਨਹੀਂ ਦੇਖਿਆ ਕਿਤੇ ਵੀ ਉਧਰ ਦੀ ਸਾਡੀ ਇਟਲੀ ਦੇ ਵੀ ਲੱਗਾ ਹੋਏ ਚਿੱਟਲੀ ਦਾ ਹੈਗਾ ਮੈਕਸੀਕੋ ਵਗੈਰਾ ਦਾ ਹੀ ਹੈਗਾ ਪਰ ਇੰਗਲੈਂਡ ਦਾ ਝੰਡਾ ਨਹੀਂ ਦੇਖਣ ਨੂੰ ਮਿਲਦਾ ਇਧਰਲੀ ਸਾਈਡ ਕੋਈ ਬ੍ਰਿਟਿਸ਼ ਨੇਵਲ ਆਫੀਸਰ ਸੀ ਉਹਦੀ ਯਾਦ ਦੇ ਵਿੱਚ ਤੇ 1805 ਦੇ ਵਿੱਚ ਇਹਨਾਂ ਦੀ ਕਿਤੇ ਲੜਾਈ ਹੋਈ ਬ੍ਰਿਟਿਸ਼ ਆਰਮੀ ਦੀ ਬ੍ਰਿਟਿਸ਼ ਨੇਵਲ ਦੀ ਤੇ ਸ਼ਿਪ ਸੀ ਦੂਸਰੀ ਸਾਈਡ ਫਲੀਟ ਸੀ ਫ੍ਰਾਂਸ ਤੇ ਸਪੇਨ ਦੀ ਤੇ ਉਹਦੇ ਵਿੱਚ ਭਾਜੀ ਹੁਣੇ ਸ਼ਹੀਦੀ ਪਾ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਿਆ ਵਾ ਬਾਕੀ ਫ੍ਰਾਂਸ ਇੱਥੇ ਆਇਆ ਮੈਂ ਹਿਸਟਰੀ ਸਾਰੀ ਅੱਗੇ ਜਾ ਕੇ ਤੁਹਾਨੂੰ ਦੱਸਦਾ ਵੀ ਸੁਪੇਨ ਕਿੰਨਾ ਕਿਨਵੋਲਵ ਸੀ ਇਹੜੇ ਰੀਜਨ ਦੇ ਵਿੱਚ ਤੇ ਕਿਉਂ ਵੀ ਅੱਜ ਜਿਹੜਾ ਕੈਨੇਡਾ ਉਹ ਹੋਣਾ ਹੀ ਨਹੀਂ ਸੀ ਕਈ ਵਜ੍ਹਾ ਨਿੱਕੀਆਂ ਨਿੱਕੀਆਂ ਬਣੀਆਂ ਜਿੰਨਾਂ ਵਜ੍ਹਾ ਕਰਕੇ ਇੱਥੇ ਯੂਰੋਪੀਅਨਸ ਆਏ ਉਹ ਆਪਾਂ ਗਾਂ ਜਾ ਕੇ ਸਾਰਾ ਡਿਸਕਸ ਕਰਦੇ ਆ ਠੀਕ ਹੈ ਲੋ ਜੀ ਅਸੀਂ ਇੱਥੇ ਘੁੰਮਦੇ ਫਿਰਦੇ ਸੀ ਤੇ ਹਿੰਦੀ ਦੀ ਲਾਈਵ ਵੇਖ ਕੇ ਆਪਣਾ ਪੰਜਾਬੀ ਵੀਰ ਆ ਮਿਲਣ ਆ ਗਿਆ ਇੱਥੇ ਵੀਰ ਦਾ ਨਾਮ ਸੀ ਸੁਖ ਤੇ ਵੀਰ ਕਹਿੰਦਾ ਹੁਣ ਅੱਗੇ ਤੁਹਾਨੂੰ ਮੈਂ ਘੁਮਾ ਦੇਣਾ ਇੱਥੋਂ ਅਸੀਂ ਗਏ ਮਾਉਂਟ ਰਾਇਲ ਵੱਲ ਨੂੰ ਜਿਵੇਂ ਸਾਨੂੰ ਸੁਖ ਵੀਰ ਇੱਥੇ ਲੈ ਕੇ ਆਇਆ ਨਾ ਇਦਾਂ ਹੀ ਫ੍ਰੈਂਚ ਕੈਪਟਨ ਜੈਕ ਸਕਾਰਟੀਅਨ ਨੂੰ ਇੱਥੋਂ ਦੇ ਨੇਟਿਵ ਲੋਕ ਇਸ ਪਹਾੜ ਤੇ ਲੈ ਕੇ ਆਏ ਕਹਿੰਦੇ ਕਾਰਟੀਅਨ ਸਾਹਿਬ ਗਦਗਦ ਹੋ ਗਏ ਸੀ ਇੱਥੋਂ ਖੂਬਸੂਰਤੀ ਵੇਖ ਕੇ ਉਹਨਾਂ ਹੀ ਇਹਨੂੰ ਮਾਉਂਟ ਰਾਇਲ ਦਾ ਨਾਮ ਦਿੱਤਾ ਤੇ ਇਹਦੇ ਲਾਗੇ ਜਿਹੜਾ ਸ਼ਹਿਰ ਵਸਿਆ ਉਹ ਬਣ ਗਿਆ ਫਿਰ ਮੌਨਟਰੀਅਲ ਵੇਖੋ ਜੀ ਹੁਣ ਸਿਟੀ ਦਾ 뷰 ਕਿਆ ਸੋਹਣਾ 뷰 ਐ। ਸਨੋ ਬਹੁਤ ਵਾਈਟ ਆੱਖਾਂ ਨੂੰ ਬਹੁਤ ਪੈ ਰਹੀ ਐ। ਅਜੇ ਧੁੱਪ ਨਹੀਂ ਗਈ ਫੇਰ ਪਤਾ ਨਹੀਂ ਕੀ ਬਾਨਣਾ ਸੀ ਪਰ ਇਹ ਜਿਹੜੀ ਜਗ੍ਹਾ ਤੋਂ ਸ਼ਹਿਰ ਦਾ 뷰 ਬਹੁਤ ਸੋਹਣਾ। ਕਮਾਲ। ਉਹ ਸਾਹਮਣੇ ਆ ਜੀ। ਬ੍ਰਿਜ ਉਹਦੇ ਨਾਂ ਤੇ ਸੈਮੂਲ ਚੈਪਲਨ ਆਈ ਥਿੰਕ ਉਹਦਾ ਨਾਂ ਸੀ। ਉਹਨੇ ਆ ਕੇ ਇੱਥੇ ਆਫੀਸ਼ੀਅਲੀ 1660 ਦੇ ਵਿੱਚ ਫਰਾਂਸ ਦਾ ਰਾਜ ਕਾਇਮ ਕਰਤਾ ਸੀ ਸੋ ਸਾਹਮਣੇ ਦੋ ਝੰਡੇ ਆ ਜੀ ਰਾਈਟ ਹੈਂਡ ਸਾਈਡ ਹੈ ਕਿਉਂ ਵੀਕ ਦਾਤ ਲੈਫਟ ਹੈਂਡ ਸਾਈਡ ਹੈਗਾ ਮੌਂਟਰੀਅਲ ਦਾ ਜਿਹੜਾ ਰਾਈਟ ਹੈਂਡ ਸਾਈਡ ਆ ਇਹ ਟੋਟਲੀ ਫ੍ਰੈਂਚ ਆ ਬਲੂ ਉਥੋਂ ਦੇ ਆਪਣੇ ਸਕਾਈ ਨੂੰ ਰਿਪਰੈਜ਼ੈਂਟ ਕਰਦਾ ਵਾ ਕ੍ਰੋਸ ਕ੍ਰਿਸਚਨ ਧਰਮ ਨੂੰ ਜਿਹੜੇ ਸਪੀਅਰਸ ਆ ਉਹ ਹੈਗੇ ਫ੍ਰੈਂਚ ਦੇ ਤੇ ਇਹ ਜਿਹੜਾ ਲੈਫਟ ਹੈਂਡ ਸਾਈਡ ਆ ਉਹਦੇ ਵਿੱਚ ਵੀ ਜਿਹੜਾ ਰੈੱਡ ਕ੍ਰੋਸ ਆ ਤੇ ਉਹ ਆ ਇਹ ਜਨਕਾ ਕ੍ਰਿਸਚੀਅਨਿਟੀ ਨੂੰ ਆ ਫਿਰ ਜਿਹੜਾ ਸੱਜੇ ਹੱਥ ਤੁਸੀਂ ਸਪੀਅਰ ਜਿਹਾ ਦੇਖਦੇ ਆ ਲੈਫਟ ਹੈਂਡ ਟਾਪ ਤੇ ਵੀ ਦੇਖ ਰਹੇ ਆ ਉਹ ਫ੍ਰੈਂਚ ਦਾ ਫਿਰ ਇੱਕ ਮੇਰੇ ਖਿਆਲ ਦੇ ਨਾਲ ਜਿਹੜਾ ਰਾਈਟ ਹੈਂਡ ਫੁੱਲ ਜਿਹਾ ਉਹ ਆਇਰਿਸ਼ ਦਾ ਵਾ ਸੈਟਲਰਸ ਦਾ ਤੇ ਇੱਕ ਹੈਗਾ ਇੰਗਲਿਸ਼ ਦਾ ਤੇ ਇੱਕ ਜਿਹੜਾ ਲੈਫਟ ਹੈਂਡ ਆ ਥੱਲੇ ਉਹ ਹੈਗਾ ਸਕਾਟਿਸ਼ ਦਾ ਸੋ ਇਧਰਲੀ ਸਾਈਡ ਇਹਨਾਂ ਨੇ ਮਿਕਸ ਜਿਹਾ ਕਰਤਾ ਕੰਮ ਮੋਂਟਰੀਅਲ ਦੇ ਵਿੱਚ ਸਾਰੀਆਂ ਜਨਨ ਕਿ ਓੜੇ ਹਿੱਸੇ ਦੀਆਂ ਜਿਹਨੂੰ ਆਪਾਂ ਯੂਨਾਈਟਿਡ ਕਿੰਗਡਮ ਕਹਿ ਦਿੰਦਾ ਜਿਹੜੇ ਉੱਥੋਂ ਆਏ ਆ ਸਕਾਟਿਸ਼ ਆਇਰਿਸ਼ ਉਹਨਾਂ ਨੂੰ ਵਿੱਚ ਰਿਪਰੈਜ਼ੈਂਟ ਕਰਤਾ ਇਨਕਲੂਡਿੰਗ ਇੰਗਲਿਸ਼ ਹੱਥ ਵਾਰ ਖਰਦੇ ਸੀ ਜਦੋਂ ਵੀ ਕਿਤੇ ਮਾੜੀ ਜੀ ਝਾਤੀ ਮਾਰਦਾ ਨਾ ਮੂੰਹ ਤੇ ਨਿੱਗ ਲੈ ਆਉਂਦਾ ਵਾ ਕੀ ਆ ਵੀ ਚੀਜ਼ ਆ ਵੀ ਕਿਥੇ ਕਰੋੜਾਂ ਕਿਲੋਮੀਟਰ ਬੈਠਾ ਦੂਰ ਸਾਨੂੰ ਸਿੱਖੀ ਜਾਂਦਾ ਜੀ ਸੁਖਵੀਰ ਕਹਿੰਦਾ ਕਿ ਘੁੰਮਣ ਤੋਂ ਪਹਿਲਾਂ ਕੁਝ ਖਾ ਲੈਨੇ ਆ ਤਾਂ ਉਹ ਆਪਾ ਨੂੰ ਲੈ ਕੇ ਆ ਗਿਆ ਜੀ ਰਾਮ ਸਵੀਟ ਸ਼ਾਪ ਵੈਜੀਟੇਰੀਅਨ ਰੈਸਟੋਰੈਂਟ ਆ ਸਵੀਟ ਸ਼ਾਪ ਦੇ ਨਾਲ ਨਾਲ ਹੀ ਤੇ ਸੁਖਵੀਰ ਕਹਿੰਦਾ ਕਿ ਮੈਂ ਅਕਸਰ ਇੱਥੋਂ ਖਾਣਾ ਰਿਹਣਾ ਤੇ ਖਾਣਾ ਇਹਨਾਂ ਦਾ ਸਵਾਦ ਹੁੰਦਾ ਤੇ ਜਦੋਂ ਅਸੀਂ ਇੱਥੇ ਆਏ ਤੇ ਰੱਬ ਸੁਭਵੀ ਓਨਰ ਵੀ ਸਾਨੂੰ ਜਾਣਦੇ ਨਿਕਲੇ ਉਹ ਵੀਡੀਓਜ਼ ਵਗੈਰਾ ਦੇਖਦੇ ਸੀ ਸੋ ਅਗਲਿਆਂ ਨੇ ਐਕਸਟਰਾ ਰੀਜ ਲਾ ਕੇ ਖਾਣਾ ਬਣਾਇਆ ਤੇ ਉੱਪਰੋਂ ਇੱਜ਼ਤ ਵੀ ਇੰਨੀ ਕੀਤੀ ਸੋ ਉਹਨਾਂ ਨੂੰ ਮੈਂਸ਼ਨ ਜਿਹੜੀਆਂ ਥਾਵਾਂ ਨੂੰ ਕਰਨਾ ਪੈਂਦਾ ਵਾ ਕਈ ਲੋਕ ਇਹੜੀ ਚੀਜ਼ ਨੂੰ ਕ੍ਰਿਟਿਸਾਈਜ਼ ਵੀ ਕਰਦੇ ਆ ਪਰ ਮੈਂ ਸਮਝਾਵਾਂਗਾ ਇਹਦੇ ਬਾਰੇ ਵੀ ਆਪਾਂ ਪੌਡਕਾਸਟ ਦੇ ਵਿੱਚ ਗੱਲ ਜ਼ਰੂਰ ਕਰਾਂਗੇ ਉਹ ਆਪਣੇ ਪਿੱਛੇ ਆਪਾਂ ਦੇਖ ਰਹੇ ਆ ਜੀ ਨੋਟਰ ਡੈਮ ਦਾ ਜੋ ਪੈरिस ਦੇ ਵਿੱਚ ਆ ਉਹਦੇ ਵਾਂਗੂ ਹੀ ਆ ਚਰਚਾ ਦਾ ਆਲਮੋਸਟ ਬਾਹਰੋਂ ਤੇ ਆਈਡੈਂਟੀਕਲ ਜੀ ਉਹਦੇ ਵਾਂਗੂ ਹੀ ਆ ਪਰ ਅੰਦਰੋਂ ਨਹੀਂ ਆਪਾਂ ਨੂੰ ਪਤਾ ਵੀ ਕਿੰਨੀ ਡਿਟੇਲਡ ਆ ਕਿਉਂਕਿ ਉਹਨੂੰ ਬਣਾਉਣ ਦੇ ਵਿੱਚ 180 ਸਾਲ ਲੱਗਿਆ ਸੀ ਉਹ 1100 ਕੁਝ ਈਸਵੀ ਦੇ ਵਿੱਚ ਸਟਾਰਟ ਹੋਈ ਸੀ ਤੇ 1385 ਦੇ ਵਿੱਚ ਸ਼ਾਇਦ ਉਹ ਕੰਪਲੀਟ ਹੋਈ ਸੀ ਤੇ ਇਹਨਾਂ ਨੇ ਸਟਾਰਟ ਕੀਤੀ ਵੀ 1824 ਦੇ ਵਿੱਚ ਤੇ 1829 ਦੇ ਵਿੱਚ ਕੰਪਲੀਟ ਹੋਈ ਸੋ ਇਹ ਪੰਜਾਂ ਕਿਸਾਲਾਂ ਜੀ ਬਣਾਤੀ ਸੋ ਅੰਦਰੋਂ ਮੇਬੀ ਉਹਨੀ ਕਲਾ ਨਾ ਵਿਖਾਈ ਗਈ ਹੋਵੇ ਪਰ ਇਹ ਜਿਹੜਾ ਸਕੁਅਰ ਆ ਬਹੁਤ ਸੋਹਣਾ ਹੈ ਇਹਦੇ ਆਸੇ-ਪਾਸੇ ਬਹੁਤ ਸੋਹਣੀਆਂ ਚੀਜ਼ਾਂ ਵਾਂ ਤੇ ਇੱਕ ਆ ਇੱਕ ਛੋਟਾ ਜਿਹਾ ਸਮਾਰਕ ਵੀ ਇਹਨਾਂ ਨੇ ਬਣਾਇਆ ਪਿਆ ਵਾ ਉਹ ਫ੍ਰੈਂਚ ਤੇ ਜਿਹੜੇ ਨੇਟਿਵ ਸੀ ਉਹਨਾਂ ਦੇ ਵਿਚਕਾਰੇ ਜੋ ਕਸ਼ਮਕਸ਼ ਚੱਲੀ ਹੋ ਗਈ ਉਦੋਂ ਲੜਦੇ-ਲੁੜਦੇ ਰਹੇ ਹੋਣਗੇ ਉਹਦੀਆਂ ਕੋਈ ਤਸਵੀਰਾਂ ਬਣਾਈਆਂ ਵਾਂ ਤੇ ਇਕੱਠਿਆਂ ਪਰੇ ਵਗੈਰਾ ਕਰਦੇ ਸੀ ਉਹ ਵੀ ਤਸਵੀਰਾਂ ਇਹਨਾਂ ਲਾਈਆਂ ਤੇ ਇਸ ਤੋਂ ਅੱਗੇ ਆਪਾਂ ਹੁਣ ਜਾਵਾਂਗੇ 올ਡ ਪੋਰਟ ਤੇ ਜਿੱਥੋਂ ਕੈਨੇਡਾ ਦੀ ਕਹਾਣੀ ਸ਼ੁਰੂ ਹੋਈ ਸਿਰਫ 10 ਸਾਲ ਰਹਿ ਗਏ ਮੇਰੇ ਖਿਆਲ ਨਾਲ 10 ਸਾਲਾਂ ਨੂੰ ਕੈਨੇਡਾ ਫ੍ਰੈਂਚਾਂ ਨੂੰ ਪੈਰ ਧਰਿਆ ਨੂੰ 500 ਸਾਲ ਪੂ ਵੀਡੀਓਸ ਚ ਉਹ ਗੱਲ ਨਹੀਂ ਬਣਦੀ ਜੋ ਅਸਲ ਚ ਇਹ ਸ਼ਹਿਰ ਸੋਹਣਾ ਵਾ ਵੀਡੀਓਸ ਚ ਗੱਲ ਨਾ ਬਣਨ ਦਾ ਕਾਰਨ ਹੈ ਵੈਦਰ ਸੁੱਕੇ ਰੁੱਖ ਤੇ ਬੱਦਲਾ ਕਰਕੇ ਸਭ ਕੁਝ ਗਰੇ ਤੇ ਡਿਪਰੈਸਿੰਗ ਜਿਹਾ ਜਾਪਦਾ ਗਰਮੀਆਂ ਚ ਇਹ ਸ਼ਹਿਰ ਡੈਫੀਨੇਟਲੀ 100 ਗੁਣਾ ਜਿਉਂਦਾ ਤੇ ਰੰਗੀਨ ਜਾਪਦਾ ਹੋ ਫੀਲ ਜਿਹਾ ਹੁੰਦਾ ਕਿ ਇੱਥੇ ਗਰਮੀਆਂ ਦੇ ਵਿੱਚ ਬਹੁਤ ਰੌਣਕ ਹੁੰਦੀ ਹੋਊਗੀ ਉਹ ਸਾਈਡ ਤੇ ਦੁਕਾਨਾਂ ਵਗੈਰਾ ਲੱਗੀਆਂ ਵਾ ਇੱਥੇ ਸਾਰਾ ਕੁਝ ਹੀ ਹੋਣਾ ਉਦੋਂ ਓਕੇ ਜੀ ਹੁਣ ਆਪਾਂ ਖਲੋਤੇ ਆਂ ਹੋਲਡ ਮੌਂਟਰੀਅਲ ਪੋਰਟ ਤੇ ਸੋ ਕੈਨੇਡਾ ਦੀ ਜਿਹੜੀ ਕਹਾਣੀ ਆ ਉਹ ਇੱਥੋਂ ਹੀ ਸਟਾਰਟ ਹੋਈ ਸੀ ਕਹਾਣੀ ਤੇ ਚਲੋ ਇੱਥੇ ਪਹਿਲਾਂ ਵੀ ਲੋਕ ਰਹਿੰਦੇ ਸੀ ਜਿਹੜਾ ਕੈਨੇਡਾ ਵਰਡ ਆ ਜਾਂ ਜਿਹੜਾ ਕੈਨੇਡਾ ਅੱਜ ਆਪਾਂ ਦੇਖੀਦਾ ਵਾ ਉਹਦੀ ਨੀ ਇੱਥੋਂ ਹੀ ਰੱਖੀ ਗਈ ਸੀ ਆ ਜਿਹੜੀ ਸੈਂਟ ਲਾਰੈਂਸ ਲੇਕ ਆ ਇੱਥੇ ਹੀ ਆਏ ਸੀ ਸੋ ਆਪਾਂ ਮੁੱਢ ਤੋਂ ਸ਼ੁਰੂ ਕਰਦੇ ਆ ਕਿ ਇੰਡੀਆ ਤੋਂ ਨਾ ਕਿਸੇ ਟਾਈਮ ਸਪਾਈਸਿਸ ਜਾਂ ਹੋਰ ਹਰਬਸ ਵਗੈਰਾ ਜਾਂ ਉੱਥੋਂ ਦਾ ਟੈਕਸਟਾਈਲ ਕੱਪੜਾ ਵਗੈਰਾ ਇੰਡੀਆ ਤੋਂ ਪਹੁੰਚਦਾ ਹੁੰਦਾ ਸੀ ਥਰੂ ਟਰਕੀ ਵਗੈਰਾ ਇਧਰੋਂ ਦੀ ਹੁੰਦੇ ਆਇਆ ਸਾਰਾ ਯੂਰਪ ਪਹੁੰਚ ਜਾਂਦੀ ਹੁੰਦੀ ਸੀ ਚੀਜ਼ ਯੂ ਵਾਂਟ ਟੂ ਹੈ ਇਟਸ ਓਕੇ ਇਟਸ ਫਾਈਨ ਯਾ ਨੋ ਪ੍ਰੋਬਲਮ ਇਟਸ ਗੋਇੰਗ ਟੂ ਟੇਕ ਸੋ ਲੌਂਗ ਮਰਸੀ ਸੋ ਭਾਈ ਫ੍ਰੈਂਚ ਤਾਂ ਆਉਂਦੀ ਨੀਗੀ ਉਹ ਵਿਚਾਰਾ ਰੋਕ ਕੇ ਖਲੋ ਗਿਆ ਵੀ ਇਹ ਰਿਕਾਰਡ ਕਰਦਾ ਪਿਆ ਸੋ ਗੱਲ ਇਹ ਤਾਂ ਕਿ ਉਹ ਉਹਦੇ ਟਾਈਮਾਂ ਤੇ ਇਧਰੋਂ ਦੀ ਆਉਂਦਾ ਹੁੰਦਾ ਸੀ ਪਰ ਜਦੋਂ ਆਟਮਨ एंपਾਇਰ ਖੜੀ ਹੋ ਗਈ ਤੇ ਉਹਦਾ ਟ੍ਰੇਡ ਰੂਟ ਸੀ ਉਹ ਇਫੈਕਟ ਹੋ ਗਿਆ ਚੀਜ਼ਾਂ ਯੂਰਪ ਤੱਕ ਪਹੁੰਚਣੀਆਂ ਮਹਿੰਗੀਆਂ ਹੋ ਗਈਆਂ ਤੇ ਉੱਥੋਂ ਬਾਅਦ ਯੂਰੋਪੀਅਨਸ ਨੇ ਡਿਸਾਈਡ ਕੀਤਾ ਕਿ ਆਪਾਂ ਕੋਈ ਸੀ ਰੂਟ ਲੱਭੀਏ ਏਸ਼ੀਆ ਤੱਕ ਤੇ ਕਲੰਬਸ ਭਾਜੀ ਹੁਣੇ ਸਭ ਤੋਂ ਪਹਿਲਾਂ ਉਧਰੋਂ ਤੁਰੇ ਤੇ ਕਲੰਬਸ ਹੁਣੇ ਬਾਇ ਐਕਸੀਡੈਂਟ ਪਹੁੰਚ ਗਿਆ ਅਮਰੀਕਾ ਇਹ ਜਦੋਂ ਅਮਰੀਕਾ ਪਹੁੰਚੇ ਇਹ ਪਹੁੰਚ ਗਿਆ ਸੀ ਕਲੰਬਸ 1492 ਦੇ ਵਿੱਚ ਤੇ ਇਹਨਾਂ ਨੇ ਉੱਥੋਂ ਜਾ ਕੇ ਉੱਥੋਂ 골ਡ ਸਿਲਵਰ ਇਹ ਰਹੀਆਂ ਚੀਜ਼ਾਂ ਐਕਸਟ੍ਰੈਕਟ ਕਰਨੀਆਂ ਸ਼ੁਰੂ ਕਰਤੀਆਂ ਤੇ ਸਪੇਨ ਭੇਜਣੀਆਂ ਸਟਾਰਟ ਕਰਤੀਆਂ ਉੱਥੇ ਖੇਤੀਬਾੜੀ ਵੀ ਸ਼ੁਰੂ ਕਰਤੀ ਅਮਰੀਕਾ ਦੇ ਵਿੱਚ ਜਿਹੜੇ ਨੇਟਿਵ ਸੀ ਉਹਨਾਂ ਕੋ ਧੱਕੇ ਨਾਲ ਖੇਤੀ ਕਰਾਈ ਜਾਂਦੀ ਸੀ ਸੋ ਨਾਲ ਹੀ ਫ੍ਰੈਂਚ ਕਿੰਗਡਮ ਸੀ ਫ੍ਰੈਂਚ ਕਿੰਗਡਮ ਨੂੰ ਲੱਗਾ ਕਿ ਆਪਾਂ ਕੱਲ ਹੀ ਪਿੱਛੇ ਰਹਿ ਰਹੇ ਹਾਂ ਤੇ ਉਹਨਾਂ ਨੇ ਵੀ ਆਪਣੇ ਇਹਨਾਂ ਨੂੰ ਕਿਹਾ ਕੈਪਟਨਸ ਨੂੰ ਕਿ ਯਾਰ ਵੀ ਆਪਾਂ ਵੀ ਪਤਾ ਲੱਗਾ ਵਾ ਕਿ ਐਟਲੈਂਟਿਕ ਓਸ਼ੀਅਨ ਚ ਨਾਰਥ-ਈਸਟ ਹਾਲ ਉੱਧਰ ਕੋਈ ਨਵਾਂ ਕੰਟੀਨੈਂਟ ਆ ਨਵੀਂ ਦੁਨੀਆ ਵਾ ਸੋ ਉੱਥੇ ਭੇਜੋ ਸੋ ਆਈ ਥਿੰਕ ਜੈਕਸ ਕਾਰਟিয়ার ਜਿਹੜਾ ਪਹਿਲਾ ਬੰਦਾ ਸੀ ਸੋ 1534 ਦੇ ਵਿੱਚ ਜੈਕ ਜੈਕਸ ਕਾਰਟিয়ার ਆਈ ਥਿੰਕ ਉਹਨਾਂ ਦਾ ਨਾਮ ਸੀ ਉਹ ਇੱਥੇ ਪਹੁੰਚੇ ਸੀ ਸੋ 2034 ਦੇ ਵਿੱਚ 500 ਸਾਲ ਕੰਪਲੀਟ ਹੋਏ ਨਾ ਸੋ ਉਹਨਾਂ ਨੂੰ ਵੀ ਆਸ ਸੀ ਕਿ ਸਾਨੂੰ ਸ਼ਾਇਦ ਇਥੋਂ 골ਡ ਸਿਲਵਰ ਇਹੋ ਜਿਹੀਆਂ ਚੀਜ਼ਾਂ ਮਹਿੰਗੀਆਂ ਵਸਤੂਆਂ ਇੱਥੋਂ ਲੱਭਣਗੀਆਂ ਸੋ ਇਹ ਪਹਿਲਾਂ ਤੋਂ ਡਿਸਪਾਇੰਟ ਹੋਏ ਕਿ ਇੱਥੇ ਕੁਝ ਨਹੀਂ ਹੈਗਾ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਫਰ ਲੱਭ ਗਿਆ ਵੀਵਰ ਨਹੀਂ ਸੀ ਆਪੇ ਪਾਏ ਸੀ ਸੋ ਵੀਵਰ ਦੀ ਜਿਹੜੀ ਖੱਲ ਸੀ ਉੱਥੇ ਯੂਰਪ ਦੇ ਵਿੱਚ ਤੁਸੀਂ ਫਰਾਂਸ ਦੇ ਵਿੱਚ ਵੇਖਿਆ ਹੋਣਗੀਆਂ ਟੋਪੀਆਂ ਜੀਆਂ ਲੋਕੀ ਪਾਉਂਦੇ ਆ ਸੋ ਬੀਵਰ ਦੀਆਂ ਖੱਲ ਦੀਆਂ ਬਣਾਉਣ ਲੱਪੇ ਤੇ ਇਹਨਾਂ ਨੂੰ ਉਹ ਟ੍ਰੇਡ ਬਹੁਤ ਲਾਹੇਵੰਦ ਲੱਗਾ ਤੇ ਰੁਕ ਜੋ ਯਾਰ ਲੋਕੀ ਵਿੱਚ ਲੰਗ ਡੰਗਣ ਦਾ ਸੋਚਦੇ ਆ ਕਈ ਮੈਂ ਮੇਰੇ ਨਾਲ ਤਾਂ ਕੋਈ ਚੀਜ਼ ਨਹੀਂ ਉਹਨਾਂ ਨੂੰ ਲੱਗਦਾ ਵੀ ਨਾਨਕੀਏ ਡਿਸਟਰਬ ਨਹੀਂ ਹੈ ਗੱਲ ਤਕਰੀਬਨ ਸਾਰੀ ਉਦਾਂ ਦੀ ਆ ਕਿ ਮੈਂ ਉਹੀ ਸੋਚਟਿਆ ਸੀ ਉਹੀ ਕੰਮ ਹੋਇਆ ਕਿ ਜਿੱਦਾਂ ਕਹਿੰਦੇ ਫਲਾਣੇ ਗਵਾਂਡੀਆਂ ਦਾ ਮੁੰਡਾ ਅਮਰੀਕਾ ਪਹੁੰਚ ਗਿਆ ਉਹਨੇ ਕੋਠੀ ਪਾ ਲਈ ਆ ਦੋ ਪਿੱਛੇ ਰਹਿ ਗਏ ਆ ਗੱਲ ਉਹੀ ਹੋਈ ਸੀ ਦੋਨੋਂ ਕਿੰਗਡਮ ਦੇ ਵਿਚਕਾਰ ਕਿ ਕੰਜਰੋ ਸਪੈਨਿਸ਼ ਉਥੇ ਪਹੁੰਚ ਗਿਆ ਉਦੋਂ ਉਦੋਂ ਉਥੋਂ ਉਹਨਾਂ ਨੇ ਇੰਨਾ ਕਿਉਂਕਿ ਵਾਕਈ ਜਿਹੜਾ ਜਦੋਂ ਕੋਲੰਬਸ ਉਹਨੇ ਇੱਥੇ ਪਹੁੰਚੇ ਅਮਰੀਕਾ ਦੇ ਵਿੱਚ ਤੇ ਜਿਹੜੀ ਇਹਨਾਂ ਨੇ ਵੈਲਥ ਐਕਸਟ੍ਰੈਕਟ ਕਰਨੀ ਸ਼ੁਰੂ ਕੀਤੀ ਉਹਦੇ ਨਾਲ ਸਪੈਨਿਸ਼ ਕਿੰਗਡਮ ਮਜ਼ਬੂਤ ਹੋਈ ਹੋਰ ਸੋ ਇਹਨਾਂ ਨੂੰ ਵੀ ਇਹੀ ਸੀ ਕਿ ਆਪਾਂ ਵੀ ਇੱਥੇ ਚੱਲੀਏ ਸੋ ਇਹਨਾਂ ਦਾ ਫਾਈਨਲੀ ਜੀ ਜੈਕਸ ਕਾਰਟਿਅਰ ਤੋਂ ਬਾਅਦ ਆਏ ਸੀ ਇੱਥੇ ਸੈਮੂਅਲ ਚੈਪਲਨ ਜਿਹਦੇ ਨਾਂ ਦੇ ਇੱਥੇ ਬ੍ਰਿਜ ਵੀ ਆ ਉਹ ਜਾਂਦਾ ਵਾ ਇੱਥੋਂ ਉਧਰ ਨੂੰ ਆਈ ਥਿੰਕ ਤੇ ਜੈਕਸ ਕਾਰਟियर ਹੁਣਾਂ ਨੂੰ ਹੀ ਜਿਹੜੇ ਨੇਟਿਵ ਸੀ ਉਹ ਉੱਥੇ ਲੈ ਕੇ ਗਿਆ ਸੀ ਜਿਹਨੂੰ ਮਾਉਂਟ ਰੀਅਲ ਕਿਹਾ ਉਹਨਾਂ ਦੀ ਮਦਦ ਨਾਲ ਉੱਥੇ ਗਿਆ ਜਿਹੜਾ ਉਹਨਾਂ ਨੇ ਵਿਊ ਦੇਖਿਆ ਤੇ ਉਹਨਾਂ ਨੇ ਉਹਦਾ ਨਾਮ ਰੱਖਤਾ ਸੀ ਵੀ ਰਾਇਲ ਮਾਉਂਟੇਨ ਜੈਕਸ ਕਾਰਟियर ਤੋਂ ਬਾਅਦ ਜਿੱਦਾਂ ਮੈਂ ਦੱਸਿਆ ਕਿ ਸੈਮੂਅਲ ਹੁਣੇ ਆਏ ਸੀ ਇੱਥੇ ਚੈਪਲੇਨ ਤੇ ਉਹਨਾਂ ਨੇ 1608 ਦੇ ਵਿੱਚ ਇੱਥੇ ਫ੍ਰੈਂਚ ਰਾਜ ਸਟੈਬਲਿਸ਼ ਕਰਤਾ ਤੇ ਉਹਨਾਂ ਨੇ ਪਹਿਲੀ ਸਿਟੀ ਵਸਾਈ ਸੀ ਇੱਥੇ ਕਿਊਬੈਕ ਸਿਟੀ ਤੇ ਉਸ ਤੋਂ ਬਾਅਦ 30-40 ਸਾਲਾਂ ਤੋਂ ਬਾਅਦ ਵਸਾਇਆ ਗਿਆ ਸੀ ਇਹ 1642 ਚ ਵਸਾਇਆ ਗਿਆ ਸੀ ਮੇਰੇ ਖਿਆਲ ਨਾਲ ਤੇ ਕਯੂਬਿਕ ਸਿਟੀ 1608 ਦੇ ਵਿੱਚ ਜਿੱਥੋਂ ਫਰੈਂਚ ਰਾਜ ਸ਼ੁਰੂ ਹੋ ਗਿਆ ਤੇ ਬਾਅਦ ਦੇ ਵਿੱਚ ਇੱਥੇ ਬ੍ਰਿਟਿਸ਼ ਵੀ ਆਉਣੇ ਸ਼ੁਰੂ ਹੋ ਗਏ ਤੇ ਇਹਨਾਂ ਦੀ ਕਾਫੀ ਸਾਲ ਕੋਈ ਲੜਾਈ ਚੱਲੀ ਪਰ ਉਦੋਂ ਤੱਕ ਫਰੈਂਚ ਕਹਿ ਲੋ ਵੀ ਆਪਣਾ 100-150 ਸਾਲ ਦਾ ਰਾਜ ਇੱਥੇ ਹੰਢਾ ਚੁੱਕੇ ਸੀ ਤੇ ਕੋਈ 7 ਕੇ 8 ਸਾਲ ਇਹਨਾਂ ਦੀ ਕੰਟੀਨਿਊ ਲੜਾਈ ਚੱਲੀ ਤੇ ਉਸ ਤੋਂ ਬਾਅਦ ਇਹਨਾਂ ਦੀ ਟ੍ਰੀਟੀ ਹੋ ਗਈ ਸੀ ਉੱਥੇ ਯੂਰਪ ਦੇ ਵਿੱਚ ਤੇ ਬਾਅਦ ਇਹਨਾਂ ਨੇ ਵੰਡ ਕੇ ਛਕਣਾ ਸ਼ੁਰੂ ਕਰਤਾ ਵੀ ਓਕੇ ਜੀ ਇਧਰੋਂ ਤੁਸੀਂ ਛਕੀਏ ਆ ਉਧਰੋਂ ਅਸੀਂ ਛਕੀ ਜਾਈਏ ਤੇ ਮੋਂਟਰੀਅਲ ਇਹ ਆਪਾਂ ਪਿੱਛੇ ਦੱਸਿਆ ਕਿ ਇਹ ਆਲਮੋਸਟ ਹੋ ਚੱਲਿਆ ਸੀ ਜੁਦਾ ਕੈਨੇਡਾ ਨਾਲੋਂ ਸਿਰਫ 1% VOTING ਤੇ ਹੀ ਕੰਮ ਰਹਿ ਗਿਆ ਸੀ ਤੇ ਇਹ ਫ੍ਰੈਂਚ ਨੂੰ ਬਹੁਤ ਜ਼ਿਆਦਾ ਇੰਪਲੀਮੈਂਟ ਕਰਦੇ ਆ ਜਿਹੜੇ ਅਧਿਕਾਰ ਕੈਨੇਡਾ ਦੇ ਵਿੱਚ ਹੋਰਾਂ ਥਾਂ ਹੀ ਮਿਲੇ ਆ ਇਹਨਾਂ ਨੇ ਇੱਥੇ ਨਹੀਂ ਦਿੱਤੇ ਜਿੱਦਾਂ ਕਿ ਆਪਾਂ ਨੂੰ ਪੱਗ ਦੀ ਆਜ਼ਾਦੀ ਆਪਣੇ ਧਾਰਮਿਕ ਚਿੰਨ੍ਹ ਪਾਉਣ ਦੀ ਆਜ਼ਾਦੀ ਬੁਰਕਾ ਵਗੈਰਾ ਪਾਉਣ ਦੀ ਆਜ਼ਾਦੀ ਉਹ ਇੱਥੇ ਨਹੀਂ ਹੈਗੀ ਜੋ ਕੁਝ ਫ੍ਰਾਂਸ ਦੇ ਵਿੱਚ ਆ ਉਹ ਸੇਮ ਕੋ ਜੀ ਇੱਥੇ ਆ ਤੇ ਇੱਥੇ ਜਿੱਦਾਂ ਅਸੀਂ ਆਪਾਂ ਤੇ ਕਾਰਨਲ ਤੋਂ ਥੋੜਾ ਜਿਹਾ ਅੱਗੇ ਜਾ ਕੇ ਕਯੂਬਿਕ ਸਟਾਰਟ ਹੁੰਦਾ ਵਾ ਤੇ ਮੌਂਟਰੀਅਲ ਕਹ ਲੋ ਫਰਸਟ ਮੇਜਰ ਸਿਟੀ ਆਉਂਦੀ ਐ ਇੱਥੇ ਤੇ ਉਸ ਤੋਂ ਅੱਗੇ ਜਾ ਕੇ ਜਿਹੜਾ ਕਯੂਬਿਕ ਆਉਂਦਾ ਕਹਿੰਦੇ ਉੱਥੇ ਤੇ ਇੱਥੇ ਤੇ ਫਿਰ ਵੀ ਮਾੜੀ-ਮੋਟੀ ਇਹ ਸੁਣ ਸੰ ਲੈਂਦੇ ਇੰਗਲਿਸ਼ ਪਰ ਉੱਥੇ ਜਿਵੇਂ ਜਿਵੇਂ ਆਪਾਂ ਕਯੂਬਿਕਲ ਨੂੰ ਜਾਵਾਂਗੇ ਉਧਰਲੀ ਸਾਈਡ ਜਿਹੜਾ ਇੰਗਲਿਸ਼ ਦਾ ਪ੍ਰਭਾਵ ਉਹ ਆਲਮੋਸਟ ਖਤਮ ਹੋ ਜਾਂਦਾ ਤੇ ਤਕਰੀਬਨ ਆਪਾਂ ਕੋਈ ਇੰਗਲਿਸ਼ ਫਲੈਗ ਨਹੀਂ ਦੇਖਿਆ ਸੋ far ਇੱਥੇ ਸੋ ਇਹ ਟੋਟਲੀ ਟੋਟਲੀ ਫ੍ਰੈਂਚੀ ਐ ਤੇ ਇੱਕ ਗੱਲ ਮੈਂ ਭੁੱਲ ਰ ਪਰ ਉਦੋਂ ਇੱਥੇ ਅਟਲਾਂਟਿਕ ਓਸ਼ੀਅਨ ਤੋਂ ਵੀ ਕਿਦਾਂ ਉਹ ਸ਼ਿਪ ਨਾਲੋਂ ਨਾਲ ਲੈ ਕੇ ਆਏ ਹੋਣਗੇ ਜ਼ਮੀਨ ਦੇ ਤੇ ਫਿਰ ਉਹਨਾਂ ਨੇ ਵੇਖਿਆ ਵੀ ਇੱਧਰ ਨੂੰ ਇੱਕ ਨਦੀ ਜੀ ਜਾਂ ਪਾਣੀ ਇਹਨੂੰ ਮੁੜਦਾ ਵਾ ਸੋ ਸ਼ਿਪ ਉਹਨਾਂ ਨੇ ਇੱਥੋਂ ਤੱਕ ਪਾ ਲੇ ਤੇ ਕਿਸੇ ਟਾਈਮ ਸਿਰਫ ਮੌਂਟਰੀਅਲ ਤੱਕ ਹੀ ਵੱਡੇ ਸ਼ਿਪ ਆਉਂਦੇ ਸੀ ਜਿਹੜੇ ਪੁਰਾਣੇ ਜ਼ਮਾਨੇ ਦੇ ਇੰਨੇ ਵੱਡੇ ਵੀ ਨਹੀਂ ਸੀ ਹੁੰਦੇ ਅੱਜ ਕੱਲ ਦੇ ਕਰੂਜ਼ ਉਹਨਾਂ ਨਾਲੋਂ ਬਹੁਤ ਵੱਡੇ ਆ ਸੋ ਇਸ ਤੋਂ ਅੱਗੇ ਉਹਨਾਂ ਨੂੰ ਡਿਸਟਰਬੈਂਸ ਆਉਂਦੀ ਸੀ ਉਹਨੂੰ ਮੇਰੇ ਖਿਆਲ ਨਾਲ ਲੈਚਨ ਰੈਪਿਡਸ ਆਂਦੇ ਆ ਜਿੱਥੇ ਛੱਲਾਂ ਛੱਲਾਂ ਇਹੋ ਜਿਹੀਆਂ ਹੁੰਦੀਆਂ ਸੀ ਕਿ ਵੱਡੇ ਸ਼ਿਪ ਨਹੀਂ ਸੀ ਅੱਗੇ ਜਾ ਸਕਦੇ ਸੋ ਉੱਥੋਂ ਇਹ ਟਰਾਂਸਪੋਰਟ ਕਰ ਲੈਂਦੇ ਹੁੰਦੇ ਸੀ ਛੋਟੀਆਂ ਬੋਟਾਂ ਦੇ ਵਿੱਚ ਸਮਾਨ ਜਾਂ ਉਧਰੋਂ ਐਨੂੰ ਲਿਆਉਣਾ ਤੇ ਛੋਟੀਆਂ ਬੋਟਾਂ ਦੇ ਲਿਆਉਣਾ ਤੇ ਇੱਥੋਂ ਬਾਅਦ ਦੇ ਵਿੱਚ ਵੱਡੇ ਸ਼ਿਪਾਂ ਦੇ ਵਿੱਚ ਲੱਦ ਲੈਣਾ ਹੌਲੀ-ਹੌਲੀ ਮਾਡਰਨ ਟਾਈਮਸ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਸੋਲਵ ਕਰਤਾ ਵਾ ਹੁਣ ਤੇ ਜਿਹੜੇ ਮਾਡਰਨ ਕਰੂਜ਼ ਸ਼ਿਪਾ ਉਹ ਵੀ ਉੱਥੋਂ ਅਟਲੈਂਟਿਕ ਖੋਸ਼ਿਆਨ ਤੋਂ ਜਿਹੜੀ ਪਹਿਲੀ ਐ ਸੈਂਟ ਲੌਰੈਂਸ ਆਉਂਦੀ ਆ ਨਹਿਰ ਇਹਦੇ ਵਿੱਚੋਂ ਦੀ ਹੁੰਦੇ ਹੁੰਦੇ ਲੇਕ ਸਪੀਰੀਅਰ ਤੱਕ ਲੇਕ ਮਿਸ਼ਿੰਗਨ ਤੱਕ ਆਈ ਥਿੰਕ 5 ਗ੍ਰੇਟ ਲੇਕਸ ਨੂੰ ਆਂਦੇ ਆ ਉਹਦੇ ਵਿੱਚ ਅੱਗੇ ਤੱਕ ਸ਼ਿਪ ਵਗੈਰਾ ਚੱਲ ਜਾਂਦੇ ਹੁਣ ਤੇ ਤੇ ਪੱਗ ਦੀ ਗੱਲ ਇਦਾਂ ਨਹੀਂ ਕਿ ਆਪਾਂ ਪੱਗ ਨਹੀਂ ਬਨ ਸਕਦੇ ਆਪਾਂ ਪਿੱਛੇ ਜੇ ਨਾ ਉੱਥੇ ਆਈ ਥਿੰਕ ਰਜਾਇਨਾ ਦੇ ਵਿੱਚ ਦੇਖਿਆ ਸੀ ਹਿਊਮਨ ਰਾਈਟਸ ਮਿਊਜ਼ੀਅਮ ਜਿੱਥੇ ਦੱਸਿਆ ਸੀ ਕਿ ਇੱਕ ਸਰਦਾਰ ਜੀ ਨੂੰ ਇੱਕ ਜੌਬ ਦੇ ਉੱਤੋਂ ਕਿਹਾ ਜਾਂਦਾ ਸੀ ਕਿ ਤੁਸੀਂ ਪੱਗ ਨਹੀਂ ਪਾਣੀ ਤੁਸੀਂ ਉਹ ਹੈਲਮਟ ਪਾਉਣਾ ਬਾਪਰ ਤੇ ਉੱਥੇ ਉਹਨਾਂ ਨੇ ਲੜਾਈ ਲੜੀ ਸੀ ਤੇ ਉਹਨਾਂ ਨੂੰ ਪੱਗ ਕੰਮ ਦੇ ਉੱਤੇ ਵੀ ਪੱਗ ਪਾਉਣ ਦੀ ਇਜਾਜ਼ਤ ਮਿਲੀ ਸੀ ਸੋ ਇੱਥੇ ਉਹੜੇ ਉਹੜੀ ਆਜ਼ਾਦੀ ਅਜੇ ਨਹੀਂ ਇੱਥੇ ਹੈਗੀ ਕਹਿੰਦੇ ਆ ਵੀ ਕੰਮਾਂ ਦੇ ਉੱਤੇ ਤੁਸੀਂ ਰਿਲੀਜੀਅਸ ਚਿੰਨਣੀ ਪਾ ਸਕਦੇ ਤੇ ਜਿੱਥੇ ਹੈਲਮਟ ਦੀ ਲੋੜ ਆ ਉੱਥੇ ਹੈਲਮਟ ਹੀ ਪਾਉਣਾ ਪੈਣਾ ਉੱਥੇ ਪੱਗ ਦੇ ਨਾਲ ਨਹੀਂ ਸਰਦਾ ਇੱਥੇ ਓਕੇ ਜੀ ਆਪਣਾ ਸਫਰ ਮਕਾਉਨੇ ਆ ਸੋਹਣੀ ਜੀ ਚਰਚ ਦੇ ਮੂਹਰੇ ਤੇ ਅਸੀਂ ਮੈਂ ਕੁਝ ਕੁ ਪੁਆਇੰਟ ਮਿੱਥੇ ਸੀ ਉਹਨਾਂ ਦੇ ਵਿੱਚੋਂ ਦੋ ਮਿਸ ਹੋ ਗਏ ਇੱਕ ਇੱਥੇ ਫਲੀ ਮਾਰਕੀਟ ਲੱਗਦੀ ਆ ਉਹ ਕਹਿੰਦੇ ਨਾਰਥ ਅਮਰੀਕਾ ਦੀ ਸਭ ਤੋਂ ਵੱਡੀਆਂ ਲੀ ਮਾਰਕੀਟਸ ਦੇ ਵਿੱਚੋਂ ਇੱਕਾ ਤੇ ਇੱਥੇ ਇਟਲੀ ਡਿਸਟ੍ਰਿਕਟ ਨਾਮ ਦੀ ਜਗਾ ਉਹਦੇ ਵਿੱਚ ਲੱਗਦੀ ਆ ਉਹ ਰਹਿ ਗਈ ਸੀ ਤੇ ਇੱਕ ਨੋਟਰੀ ਡਾਮ ਇੱਥੇ ਸਿਮੇਟਰੀ ਵੀ ਆਪਾਂ ਉਹ ਤੋਂ ਲੱਗ ਜਾਂਦੀ ਨੰਗੀ ਸੀ ਪਰ ਇੰਦੀ ਦੀ ਚਾਹ ਦੀ ਅਰਜੈਂਸੀ ਕਰਕੇ ਆਪਾਂ ਨੂੰ ਕਾਫੀ ਦੂਰ ਜਾਣਾ ਪਿਆ ਸੋ ਅੱਜ ਸਾਡੇ ਕੋਲ ਇਨਾਫ ਟਾਈਮ ਸੀ ਪਰ ਅਸੀਂ ਨਾ ਮੰਨ ਲਓ ਵੀ A ਤੋਂ B ਪੁਆਇੰਟ ਨਹੀਂ ਗਏ ਅਸੀਂ A ਤੋਂ D ਗਏ E ਗਏ ਫਿਰ B ਐ ਸੋ ਇਹਦੇ ਚੱਕਰ ਦੇ ਵਿੱਚ ਇਦਾਂ ਘੁੰਮਿਆ ਗਿਆ ਸੋ ਲਾਸਟ ਇਹ ਆ ਜੀ ਇੱਥੇ ਚਰਚ ਹੈਗੀ ਐ ਇਨੋਸੈਂਟ ਜੋਸਫ ਔਰੀਟਰੀ ਬੋਲ ਦਿੰਦੇ ਆ ਤੇ ਸੈਂਟ ਜੋਸਫ ਸੀ ਜੀਸ਼ੂ ਜੀ ਦੇ ਪਿਤਾ ਜੀ ਸੋ ਉਹਨਾਂ ਦੀ ਯਾਦ ਦੇ ਵਿੱਚ ਇਹ ਆਈ ਥਿੰਕ 1924 ਦੇ ਵਿੱਚ ਬਣਾਉਣੀ ਇਹਨਾਂ ਨੇ ਸ਼ੁਰੂ ਕੀਤੀ ਸੀ ਤੇ ਮੇਬੀ 20 30 ਸਾਲਾਂ ਦੇ ਵਿੱਚ ਇਹਨਾਂ ਨੇ ਕੰਪਲੀਟ ਕੀਤੀ ਬਹੁਤ ਮੈਸਿਵ ਆ ਤੇ ਅੱਜ ਜਿਹੜਾ ਮੌਸਮ ਸੀ ਮੌਸਮ ਬੜਾ ਬੜਾ ਡਿਪਰੈਸਿੰਗ ਸੀ ਮੋਂਟਰੀਅਲ ਜਦੋਂ ਜਦੋਂ ਧੁੱਪ ਲੱਗਦੀ ਸੀ ਉਦੋਂ ਦਾ ਮੋਂਟਰੀਅਲ ਸੋਹਣਾ ਲੱਗਦਾ ਸੀ ਜਦੋਂ ਜਦੋਂ ਸੂਰਜ ਲੁਕ ਜਾਂਦਾ ਸੀ ਸੋ ਕੱਲਾ ਸੂਰਜ ਨਹੀਂ ਸੀ ਡੁੱਬਦਾ ਨਾਲ ਦਿਲ ਜਿਆ ਵੀ ਡੁੱਬਦਾ ਸੀ ਕਹਿੰਦੇ ਉਹਨਾਂ ਦਿਨਾਂ ਕੋਈ ਮੌਸਮ ਇਹੋ ਜਿਹਾ ਹੁੰਦਾ ਵੇ ਅੱਜ ਯਾਰ ਜੀ ਡੁੱਬ ਡੁੱਬ ਜਾਣ ਡਿਆ ਸੋ ਇਹੋ ਜਿਹਾ ਮੌਸਮ ਸੀ ਕੋਈ ਕਿਸੇ ਰੁੱਖਾਂ ਤੇ ਪੱਤਾ ਨਹੀਂ ਹੈਗਾ ਸੋ ਸਾਰੇ ਬੱਦਲ ਡਾਰਕ ਗਰੇ ਜਿਹਾ ਕਲਰ ਆ ਅਸਮਾਨ ਦੇ ਵਿੱਚ ਸੋ ਇਹ ਚੀਜ਼ ਸੀ ਤੇ ਬਾਕੀ ਮੌਂਟਰੀਅਲ ਬਾਕੀ ਕੈਨੇਡਾ ਦੇ ਸ਼ਹਿਰਾਂ ਨਾਲੋਂ ਕਾਫੀ ਜੁਦਾ ਵਾ ਇੰਨੀ ਜਿਆਦੀ ਹੈਰੀਟੇਜ ਹੋਰਾਂ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਹੁਣ ਆਪਾਂ ਵੈਨਕੂਵਰ ਜਾਈਦਾ ਵੈਨਕੂਵਰ ਦੇ ਵਿੱਚ ਇੱਕ ਦੋ ਹੀ ਪੁਰਾਣੀਆਂ ਇਮਾਰਤਾਂ ਵਾਂ ਅਮ ਐਸੀ ਮੈਂ ਤੇੰਦੀ ਅੱਗੇ ਵੀ ਰਸਤੇ ਦੇ ਵਿੱਚ ਗੱਲ ਕਰਦੇ ਸੀ ਕਿ ਬ੍ਰਿਟਿਸ਼ ਆਈ ਡੋਨਟ ਨੋ ਕਲਚਰ ਦੇ ਵਿੱਚ ਉਹਨੇ ਰਚ ਨਹੀਂ ਸੀ ਹੋਰਾ ਵਾਂਗੂ ਬ੍ਰਿਟਿਸ਼ ਕੋਈ ਫੂਡ ਨਹੀਂ ਤੁਸੀਂ ਦੁਨੀਆ ਦੇ ਵਿੱਚ ਮਸ਼ਹੂਰ ਦੇਖੋਗੇ ਕਿ ਤੁਹਾਨੂੰ ਕਿਤੇ ਇਦਾਂ ਦੇ ਨਹੀਂ ਦਿਸਣਗੇ ਵੀ ਬ੍ਰਿਟਿਸ਼ ਰੈਸਟੋਰੈਂਟ ਆ ਤੇ ਉੱਥੇ ਭੀੜ ਲੱਗੀ ਹੋਊਗੀ ਸਿਰਫ ਦੁਨੀਆ ਦੇ ਵਿੱਚ ਬ੍ਰਿਟਿਸ਼ ਬ੍ਰੇਕਫਾਸਟ ਵਿਕਦਾ ਵਾ ਜਿਹਦੇ ਵਿੱਚ ਬੀਨਸ ਵਗੈਰਾ ਖਾਂਦੇ ਆ ਤੇ ਇਹਨਾਂ ਦਾ ਧਿਆਨ ਦੁਨੀਆ ਕੈਪਚਰ ਕਰਨ ਨਾਲ ਜ਼ਿਆਦਾ ਸੀ ਇਨਸਟੈਡ ਆਫ ਡਿਵੈਲਪਿੰਗ ਅ ਕਲਚਰ ਤੇ ਆਪਾਂ ਜਦੋਂ ਜਿਵੇਂ ਇੱਥੇ ਪੈਰ ਰੱਖੇ ਆ ਤੇ ਇਹ ਸ਼ਹਿਰ ਹੋਰਾਂ ਸ਼ਹਿਰਾਂ ਦੇ ਮੁਕਾਬਲੇ ਬਹੁਤ ਜੁਦਾ ਹੋ ਗਿਆ ਤੇ ਜਿਹੜੇ ਲੋਕ ਕੈਨੇਡਾ ਦੇ ਵਿੱਚ ਰਹਿੰਦੇ ਆ ਮੈਨੂੰ ਇਥੋਂ ਬਹੁਤ ਸਾਰੇ ਵੀਰਾਂ ਨੇ ਰეკਮੈਂਡ ਕੀਤਾ ਕਿ ਕਯੂਬਿਕ ਜ਼ਰੂਰ ਜਾਇਓ ਸੋ ਅਸੀਂ ਐਸੇ ਕਰਕੇ ਇੱਕ ਤਾਂ ਲਾਈਟ ਵੀ ਉਦਾਂ ਵੈਸੇ ਆਲਮੋਸਟ ਚਲੀ ਗਈ ਹੈ ਪਰ ਸਾਨੂੰ ਇਹ ਆ ਕਿ ਹੁਣ ਚੱਲੀਏ ਆਦਰਵਾਇਜ਼ ਲੋਕੀ ਉੱਪਰ ਜਾ ਰਹੇ ਆ ਉਹਨੂੰ ਵਿਜ਼ਿਟ ਕਰਨ ਵਾਸਤੇ ਪਰ ਦਰਵਾਜ਼ੇ ਬੰਦ ਦੇਸ ਰਿਹਾ ਹੁਣ ਮੈਨੂੰ ਸ਼ਾਇਦ ਇਹ ਕਲੋਜ਼ ਹੋ ਗਈ ਆ ਤੋ ਕਿਉਂਕਿ ਕਹਿੰਦੇ ਬਹੁਤ ਸੋਹਣਾ ਵਾ ਪਰ ਮੈਂ ਇੱਕ ਗੱਲ ਤੁਹਾਨੂੰ ਯਕੀਨ ਦਿਵਾਉਣਾ ਵਾ ਇਹ ਨਹੀਂ ਮੈਂ ਕੋਈ ਉਥੋਂ ਦੀ ਕਰ ਰਿਆ ਵਾ ਵੀ ਯੂਰਪ ਨੂੰ ਬढ़ावा ਦੇ ਰਿਆ ਵਾ ਸਮਥਿੰਗ ਇਦਾਂ ਦਾ ਪਰ ਹਾਂ ਮੋਂਟਰੀਅਲ ਬਹੁਤ ਸੋਹਣਾ ਵਾ ਤੇ ਜਿਨ੍ਹਾਂ ਨੂੰ ਇਹ ਸੋਹਣਾ ਲੱਗਦਾ ਨਾ ਉਹ ਪੈਰਿਸ ਤੋਂ ਤੁਸੀਂ ਇਹ ਮੰਨ ਲਓ ਕਿ ਪੈਰਿਸ ਤੋਂ ਬਾਲਾ ਨਹੀਂ 20 ਤੋਂ 30 ਗੁਣਾ ਜ਼ਿਆਦਾ ਹੈਰੀਟੇਜ ਆ ਸ਼ਾਇਦ 30 ਗੁਣਾ ਤੋਂ ਵੀ ਜ਼ਿਆਦਾ ਹੋਵੇ ਵੀ ਪੈਰਿਸ ਦੇ ਵਿੱਚ ਇੰਨਾ ਕੁਝ ਦੇਖਣ ਨੂੰ ਆ ਪਰ ਮੌਂਟਰੀਅਲ ਦੀ ਗੁੱਡ ਚੀਜ਼ ਇਹ ਆ ਕਿ ਇੱਥੇ ਉਹਨਾ ਭੀੜ ਭੜਕਾ ਨਹੀਂ ਮੈਨੂੰ ਲੱਗਾ ਤੁਸੀਂ ਪੈਰਿਸ ਜਾਓਗੇ ਪੈਰਿਸ ਦੇ ਵਿੱਚ ਆਫ ਕੋਰਸ ਇਟਸ ਆਲਵੇਸ ਟੂ ਕਰਾਊਡਡ ਇੱਥੇ ਵੀ ਇਸ ਟਾਈਮ ਟੂਰਿਸਟ ਫਿਰ ਰਹੇ ਸੀ ਪਰ ਉੱਥੇ ਟੂ ਮੱਚ ਹੋ ਜਾਂਦਾ ਹਾਂ ਉਹ ਆਈ ਥਿੰਕ ਥੋੜਾ ਜਿਹਾ ਆਫਸੀਜਨ ਦੇ ਵਿੱਚ ਜਾਣਾ ਉੱਥੇ ਬੈਟਰ ਆ ਤੇ ਮੌਂਟਰੀਅਲ ਹਨਾ ਦੋ ਤਰ੍ਹਾਂ ਦਾ ਮੈਨੂੰ ਸ਼ਹਿਰ ਜਿਹਾ ਲੱਗਾ ਕਈ ਜਗ੍ਹਾ ਅਸੀਂ ਡਰਾਈਵ ਕਰਦੇ ਹੁਜੇ ਏਰੀਆ ਚ ਵੀ ਗਏ ਜਿੱਥੇ ਸਾਨੂੰ ਇਹ ਸ਼ਹਿਰ ਐਂ ਲੱਗਦਾ ਸੀ ਵੀ ਬਹੁਤ ਉਜੜਿਆ ਜਾਂ ਟੁੱਟਿਆ ਜਿਹਾ ਵੀ ਕਈ ਥਾਂ ਫੀਲ ਹੋ ਰਿਹਾ ਸੀ ਇਹ ਨਹੀਂ ਵੀ ਪ੍ਰਾਤਨ ਵਜੋਂ ਨਹੀਂ ਵੈਸੇ ਹੀ ਵੀ ਜਿੱਦਾਂ ਡੈੱਡ ਜਿਹਾ ਕਈ ਥਾਵਾਂ ਤੋਂ ਵੀ ਡੈੱਡ ਜਿਹਾ ਵਾ ਤੇ ਕਈ ਥਾਵਾਂ ਤੇ ਜਾ ਕੇ ਬੜੇ ਸੋਹਣੇ ਰੰਗ ਬਰੰਗੇ ਬਾਜ਼ਾਰ ਜੇ ਵੀ ਦਿਸਦੇ ਸੀ ਸੋ ਦੋਨੋਂ ਹੀ ਚੀਜ਼ਾਂ ਸੀ ਪਰ ਹਾਂ ਓਵਰ ਆਲ ਆਪਾਂ ਨੂੰ ਸ਼ਹਿਰ ਬਹੁਤ ਸੋਹਣਾ ਲੱਗਾ ਡਿਫਰੈਂਟ ਲੱਗਾ ਬਾਕੀ ਕੈਨੇਡਾ ਨਾਲੋਂ ਤੇ ਹੁਣ ਡਰਾਈਵ ਆਪਾਂ ਸਟਾਰਟ ਕਰਦੇ ਆ ਅੱਗੇ ਕਯੂਬਿਕ ਸਿਟੀ ਦੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਪਲੀਜ਼ ਲਾਈਕ ਜਰੂਰ ਨਾਪਦਿਆ ਕਰੋ ਸ਼ੇਅਰ ਵਾਲਾ ਕੰਮ ਤਾਂ ਮੈਨੂੰ ਮੈਂ ਪਿੱਛੇ ਵੀ ਗਿਆ ਸੀ ਉਹ ਕੰਮ ਖਤਮ ਹੀ ਹੋ ਚੁੱਕਾ ਹੁਣ ਸ਼ੇਅਰ ਵਗੈਰਾ ਇਟਸ ਓਕੇ ਨਹੀਂ ਕਰੀਦਾ ਮੈਂ ਵੀ ਨਹੀਂ ਬਹੁਤ ਘੱਟ ਚੀਜ਼ਾਂ ਸ਼ੇਅਰ ਕਰੀਦੀਆਂ ਸੋ ਘੱਟੋ ਘੱਟ ਲਾਈਕ ਵਾਲਾ ਬਟਨ ਜਰੂਰ ਨਾ按ਦਿਆ ਕਰੋ ਜਦੋਂ ਤੁਹਾਨੂੰ ਵੀਡੀਓ ਜੇ ਚੰਗੀ ਲੱਗੇ ਤੇ ਸੋ ਹੋਰ ਕਿਹੜੀ ਮਤ ਕਰਨੀ ਤੁਹਾਡੀ ਹਾਂ ਇੱਕ ਪੈਟ੍ਰਿਓਨ ਵਾਲੀ ਇੱਕ ਪੈਟ੍ਰਿਓਨ ਵਾਲਾ ਵੀ ਜੇ ਤੁਸੀਂ ਸਪੋਰਟ ਕਰ ਸਕਦੇ ਹੋ ਪੈਟ੍ਰਿਓਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਤੇ ਉਹ ਤੁਹਾਡੇ 5 ਯੂਰੋ ਮਨਥਲੀ ਕੱਟੇ ਜਾਣਗੇ ਉਹਨੂੰ ਵੀ ਕਰ ਲਿਓ ਤੇ ਜੁੜੇ ਰਹੋ ਆਪਣੀ ਜਿਹੜੀ ਸੀਰੀਜ਼ ਦੇ ਵਿੱਚ ਸੋ ਅੱਗੇ ਤੋਂ ਅੱਗੇ ਆਪਾਂ ਤੁਰੇ ਜਾਵਾਂਗੇ ਸ਼ਾਇਦ ਸਾਨੂੰ ਥੋੜੇ ਦਿਨ ਗੱਡੀ ਐਕਸਟੈਂਡ ਕਰਾਉਣੀ ਪਵੇ ਕਿਉਂਕਿ ਰੈਂਪਟਨ ਦੇ ਵਿੱਚ ਸਾਨੂੰ ਇੱਕ ਵੀ ਉਹਦੀ ਵਜ੍ਹਾ ਕਰਕੇ ਸੋਚਿਆ ਸੀ ਕਿ ਬਰੈਂਟਨ ਦੇ ਵਿੱਚ 2 ਦਿਨ ਰੁਕਾਂਗੇ ਤੇ ਅੱਗੇ ਨੂੰ ਨਿਕਲ ਜਾਂਗੇ ਪਰ ਬਰੈਂਟਨ ਇੱਕ ਹਫਤਾ ਲੱਗ ਗਿਆ ਟੋਟਲ ਓਕੇ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੋਰ ਨਹੀਂ ਬੋਰ ਕਰਦਾ ਸਸੇ ਗੱਲ ਸਾਰਿਆਂ ਨੂੰ ਜਿਉਂਦੇ ਵਾਸਤੇ ਰੱਖੋ ਖੁਸ਼ ਰਹੋ